ਸਤਿ ਸ਼੍ਰੀ ਅਕਾਲ ਤੁਸੀਂ ਲੋਕ ਰਣ ਚੈਨਲ ਪੰਜਾਬੀ ਦੇਖ ਰਹੇ ਹੋ ਖਬਰਾਂ ਟੌਪ ਦੀਆਂ ਦੇ ਵਿੱਚ ਤੁਹਾਡਾ ਸਵਾਗਤ ਹੈ ਮੇਰੇ ਨਾਲ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ ਮੌਜੂਦ ਨੇ ਵੱਡੀਆਂ ਖਬਰਾਂ ਉੱਤੇ ਗੱਲਬਾਤ ਕਰਾਂਗੇ ਕੁਝ ਸਿਆਸਤ ਦੇ ਨਾਲ ਜੁੜੀਆਂ ਨੇ ਕੁਝ ਕਿਸਾਨੀ ਦੇ ਨਾਲ ਜੁੜੀਆਂ ਨੇ ਪਰਮਿੰਦਰ ਜੀ ਸਵਾਗਤ ਹੈ ਤੁਹਾਡਾ ਲੋਕ ਰਣ ਚੈਨਲ ਪੰਜਾਬੀ ਤੇ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਵਾ ਸੁਖਿੰਦਰ ਜੀ ਪਰਮਿੰਦਰ ਕਿੱਦਾਂ ਦੇਖਦੇ ਹੋ ਨਵਜੋਤ ਸਿੰਘ ਸਿੱਧੂ ਦਾ ਇੱਕ ਨਵਾਂ ਟਵੀਟ ਕਹਿ ਲੋ ਕਿ ਨਵਜੋਤ ਸਿੰਘ ਸਿੱਧੂ ਨੇ ਜਿਸ ਤਰੀਕੇ ਦੇ ਨਾਲ ਬਾਦਲਾਂ ਦੀ ਪੇਸ਼ੀ ਨੂੰ ਲੈ ਕੇ ਆਪਣਾ ਇੱਕ ਕਮੈਂਟ ਕੀਤਾ ਹੈ ਕਿ ਸੁਖਵੀਰ ਸਿੰਘ ਬਾਦਲ ਨੂੰ ਅੱਜ ਪੇਸ਼ ਕੀਤਾ ਜਾ ਰਿਹਾ ਇਸ ਤੋਂ ਪਹਿਲਾਂ ਸੁਖਵੀਰ ਸਿੰਘ ਬਾਦਲ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਹੋਣਾ ਦੀ ਪੁੱਛਗਿੱਛ ਹੋਈ ਸੀਗੀ ਐਸਆਈਟੀ ਦੇ ਨਾਲ ਤਾਂ ਉਹਦੇ ਵਿਚਾਲੇ ਉਹ ਕਹਿੰਦੇ ਨੇ ਕਿ ਰਾਹੁਲ ਗਾਂਧੀ ਦੇ ਆਦੇਸ਼ਾਂ ਦੇ ਉੱਤੇ ਸਾਰਾ ਕੁਝ ਚੱਲ ਰਿਹਾ ਹੈ ਕਹਿੰਦੇ ਸਰਕਾਰ ਜਿਹੜੀ ਆ ਉਹ ਕਿਸਾਨੀ ਦਾ ਕਿਸਾਨਾਂ ਦੀਆਂ ਸਮੱਸਿਆਵਾਂ ਦੀ ਥਾਂ ਤੇ ਇਧਰ ਨੂੰ ਧਿਆਨ ਡਾਇਵਰਟ ਕਰਨਾ ਚਾਹੁੰਦੀ ਹੈ ਦੇਖੋ ਜਦੋਂ ਜਿੱਦਾਂ ਜਿੱਦਾਂ ਅੱਗੇ ਜਾਂਚ ਵੱਧ ਰਹੀ ਹੈ ਇਹਦੇ ਵਿੱਚ ਸੁਖਿੰਦਰ ਇਹ ਤਾਂ ਪੱਕਾ ਹੀ ਹੈ ਨਾ ਸੁਖਿੰਦਰ ਜੀ ਕਿ ਅਲਿਗੇਸ਼ਨ ਦਾ ਲਾਉਣਾ ਹੀ ਨੇ ਕਿਉਂਕਿ ਜਦੋਂ ਜਾਂਚ ਚੱਲਦੀ ਸੀ ਪਹਿਲਾਂ ਵੀ ਚੱਲੀ ਸੀ ਟ ਪਹਿਲਾਂ ਹੀ ਬਣੀਆ ਕਮਿਸ਼ਨ ਬੈਠੇ ਜਾਂਚਾਂ ਹੋਈਆਂ ਸਾਰਾ ਕੁਝ ਕਿਸੇ ਤਨਪੱਤਰਨ ਲੱਗੀ ਇਸੇ ਕਰਕੇ ਨਹੀਂ ਲੱਗੀ ਕਿ ਰਾਜਨੀਤਿਕ ਦਬਾਅ ਜਿਹੜਾ ਉਹ ਜਿਹੜੇ ਜਾਂਚ ਕਰਨ ਵਾਲੇ ਅਧਿਕਾਰੀ ਨੇ ਉਹ ਚੱਲਦੇ ਰਹੇ ਆ ਲਗਾਤਾਰ ਤੇ ਪਹਿਲਾਂ ਦੇ ਪਹਿਲਾਂ ਜਿਹੜੀ ਜਾਂਚ ਹੋਈ ਆ ਉਹਦੇ ਵਿੱਚ ਤੁਸੀਂ ਦੇਖਿਆ ਕੁਮਰ ਵੀਜੇ ਪ੍ਰਤਾਪ ਪਿੱਛੇ हट ਗਏ ਜਿਹੜੀ ਹੁਣ ਨਵੀਂ ਸਿਟਾਈ ਹੈ ਉਹਦੇ ਵਿੱਚ ਇੱਕ ਬੰਦਾ ਫੇਰ हट ਗਿਆ ਹੋਰ ਰਜਾਇਨ ਕਰ ਗਿਆ ਨਵਾਂ ਬੰਦਾ ਆ ਗਿਆ ਹੁਣ ਦੋਸ਼ ਤਾਂ ਲਾਉਣੇ ਨੇ ਜਦੋਂ ਆਪਣੇ ਤੇ ਗੱਲ ਆਉਂਦੀ ਹੈ ਤਾਂ ਹਰ ਇੱਕ ਬੰਦਾ ਦੂਜੇ ਤੇ ਸਿੱਟਣ ਦੀ ਗੱਲ ਕਰਦਾ ਹੈ ਜੇ ਗੱਲ ਕਿਸੇ ਪਰਸਨਲ ਲੈਵਲ ਤੇ ਹੁੰਦੀ ਕਿਸੇ ਬੰਦੇ ਦੀ ਵਿਅਕਤੀਗਤ ਜਾਂਚ ਹੁੰਦੀ ਤਾਂ ਆ ਮੰਨਿਆ ਜਾ ਸਕਦਾ ਸੀ ਇਹ ਤਾਂ ਸਰਵ ਸਾਂਝਾ ਗੁਰੂ ਆ ਬਿਲਕੁਲ ਜਿਹਦੇ ਮਾਮਲੇ ਤੇ ਐਡਾ ਬਵਾਦ ਇਹਨਾਂ ਨੇ ਖੜਾ ਕੀਤਾ ਗੁਣੀਆਂ ਤੱਕ ਚੱਲ ਗਈਆਂ ਅੱਗੇ ਸਿੱਟ ਦਰ ਸਿੱਟ ਬੈਠੀ ਜਾ ਰਹੀ ਹੈ ਜਾਂਚਾਂ ਹੋਈ ਜਾ ਰਹੀਆਂ ਨੇ ਇਹਦੇ ਵਿੱਚ ਕਿਹੜੀ ਦਾਜਨੀਤੀ ਹੋਣੀ ਚਾਹੀਦੀ ਸੀ ਜਾਂ ਤਾਂ ਕੋਈ ਇਹ ਕਹੇ ਕਿ ਅਸੀਂ ਤਾਂ ਮੰਨਦੇ ਨਹੀਂ ਗੁਰੂ ਰਾਂ ਸਾਹਿਬ ਦੇ ਸਿਧਾਂਤ ਨੂੰ ਕੋਈ ਪਾਰਟੀ ਜਾ ਇਹ ਕਹੇ ਕਿ ਅਸੀਂ ਕਿਸੇ ਕਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਤੇ ਅਸੀਂ ਵੋਟ ਨਹੀਂ ਮੰਗੀ ਜਾਂ ਅਸੀਂ ਕਦੇ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਦੇ ਸੇਵਕ ਸਿੱਖ ਜਾਂ ਸ਼ਰਧਾਲੂ ਨਹੀਂ કહਾਇਆ ਫਿਰ ਤਾਂ ਚਲੋ ਮੰਨਦੇ ਅਸੀਂ ਵੀ ਇਹ ਬੰਦਾ ਤਾਂ ਨਲਾਇਕ ਹੈ ਤਾਂ ਪਹਿਲਾਂ ਹੀ ਉਸ ਚੀਜ਼ ਨੂੰ ਮੰਨਦਾ ਹੀ ਨਹੀਂ ਇਹਦੇ ਤੋਂ ਕੀ ਆਸ ਰੱਖੀ ਜਾ ਸਕਦੀ ਹੈ ਜਦੋਂ ਚੋਣਾਂ ਹੁੰਦੀਆਂ ਨੇ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਉਦੋਂ ਧਾਰਮਿਕ ਭਾਵਨਾਵਾਂ ਨਾਲ ਤੁਸੀਂ ਖੇਡਦੇ ਹੋ ਧਰਮ ਦਾ ਨਾਂ ਲੈਦੇ ਹੋ ਜਦੋਂ ਜਦੋਂ ਕਿਤੇ ਇਦਾਂ ਦੀ ਗੱਲ ਆਉਂਦੀ ਏ ਕਿ ਭਾਈ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚੀ ਆ ਤੇ ਉਹ ਜੁੜਿਆ ਹੋਇਆ ਉਸ ਗੁਰੂ ਨਾਨਕ ਜਾਂ ਕਹਿੰ ਲੋ ਜਿਹਨੂੰ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਾਮ ਦਿੰਦੇ ਆ ਜਿਹਦੇ ਨਾਲ ਪੂਰਾ ਪੰਜਾਬ ਕੀ ਜੀ ਵਿਸ਼ਵ ਵਿੱਚ ਜਿੱਥੇ ਵੀ ਸਿੱਖ ਭਾਈਚਾਰਾ ਬੈਠਾ ਜਾਂ ਹੋਰ ਭਾਈਚਾਰੇ ਬੈਠੇ ਨੇ ਜਦੋਂ ਸਤਿਕਾਰ ਕਰਦੇ ਨੇ ਤਾਂ ਜੁੜੇ ਹੁੰਦੇ ਨੇ ਸੋ ਹੁਣ ਉਹਦੇ ਲਈ ਕੰਮ ਕਰਨਾ ਉਹਦੇ ਲਈ ਜਾਂਚ ਹੋਣੀ ਇਹਦੇ ਲਈ ਇਹਦੇ ਵਿੱਚ ਦਬਾਅ ਜਾਂ ਰਾਜਨੀਤੀ ਜਾਂ ਆਪਣੇ ਆਪ ਨੂੰ ਬਾਹਰ ਕਰਨ ਦਾ ਮਕਸਦ ਤਾਂ ਕੋਈ ਨਹੀਂ ਜਾਂਦਾ ਜਿਹਦਾ ਤੁਸੀਂ ਕਰਵਾਈ ਨਹੀਂ ਤੁਹਾਨੂੰ ਇਤਰਾਜ਼ ਕਿਉਂ ਆ ਕਿਸੇ ਨੂੰ ਵੀ ਚਾਹੇ ਉਹ ਕਾਲੀਦਲਾ ਚਾਹੇ ਕਾਂਗਰਸਾ ਚਾਹੇ ਕੋਈ ਹੋਰ ਜੇ ਤੁਸੀਂ ਕਰਵਾਏ ਨਹੀਂ ਤੁਹਾਨੂੰ ਦਰਾਜ ਕੇ ਤੁਸੀਂ ਦਸੋ ਮੂਰੇ ਆਓ ਕਿ ਲਓ ਸਾਨੂੰ ਪੁੱਛੋ ਤੁਸੀਂ ਜਨਤਕ ਤੌਰ ਤੇ ਪੁੱਛੋ ਕਹਿਣਾ ਇਹ ਚਾਹੀਦਾ ਕਿ ਤੁਸੀਂ ਜਨਤਕ ਤੌਰ ਤੇ ਪੁੱਛੋ ਸਾਨੂੰ ਵੀ ਕੀ ਪੁੱਛਣਾ ਚਾਹੁੰਦੇ ਹੋ ਅਸੀਂ ਲੋਕਾਂ ਨੂੰ ਵੀ ਦੱਸੀਏ ਵੀ ਸਾਡੇ ਤੋਂ ਆਹ ਕੁਐਸਚਨ ਹੁੰਦੇ ਨੇ ਅਸੀਂ ਆਹ ਜਵਾਬ ਦਿੰਦਾ ਤੇ ਬਜਾਏ ਇਹ ਦੇ ਕਿ ਤੁਸੀਂ ਆਪਣੇ ਆਪ ਨੂੰ ਪੇਸ਼ ਕਰੋ ਆਪਣੇ ਆਪ ਨੂੰ ਜਾਂਚ ਦਾ ਹਿੱਸਾ ਬਣਾਓ ਤੇ ਤੁਸੀਂ ਇਲਜ਼ਾਮ ਲਾ ਕੇ ਜਦੋਂ ਕਿਸੇ ਨੂੰ ਬੁਲਾ ਲਿਆ ਜਾਂਦਾ ਕੁਐਸਚਨ ਕੀਤੇ ਜਾਂਦੇ ਅਸੀਂ ਕਹਿੰਦੇ ਨੇ ਜੀ ਸਕ੍ਰਿਪਟ ਦਿੱਲੀ ਤੋਂ ਆਈ ਆ। ਹੂੰ। ਇਹ ਚੋਣਾਂ ਦਾ ਪਹਿਲਾ ਮੁੱਦਾ ਸੀਗਾ, ਹੁਣ ਵੀ ਚੋਣਾਂ ਦਾ ਮੁੱਦਾ ਬਣਾ ਲਿਆ। ਅਕਾਲੀ ਦਲ ਨੂੰ ਘੇਰਨ ਦੀ ਤਿਆਰੀ ਅਸੀਂ ਤਾਂ ਪਹਿਲਾਂ ਹੀ ਦੋਸ਼ ਲਾਂਦ ਰਹੇ ਹਾਂ ਕਿ ਇਹ ਸਾਰੇ ਰਾਜਨੀਤਿਕ ਬੰਦੇ ਐ, ਇਹਨਾਂ 'ਤੇ ਰਾਜਨੀਤਿਕ ਦਬਾਅ ਆਇਆ। ਕਦੇ ਕਹਿੰਦੇ ਰਿਟਾਇਰ ਬੰਦੇ ਨੂੰ ਲੈ ਲਿਆ, ਕਦੇ ਕਹਿੰਦੇ ਇਹਨੂੰ ਲੈ ਲੈ ਕੇ ਦੇ ਉਹਨੂੰ। 2 ਸਾਲ ਤੁਹਾਡੇ ਕੋਲ ਰਿਹਾ ਮਾਮਲਾ ਅਕਾਲੀ ਦਲ ਕੋਲ। ਹੂੰ। 2 ਸਾਲਾਂ 'ਚ ਉਹਨਾਂ ਨੇ ਕੁਝ ਨਹੀਂ ਕੀਤਾ। 4.5 ਸਾਲ ਕਾਂਗਰਸ ਨੇ ਲੰਗਾ ਤੇ ਇਹਨਾਂ ਨੇ ਕੁਝ ਨਹੀਂ ਕੀਤਾ। ਹੁਣ ਜੇ ਕੋਈ ਆਹ ਆਸਤਾ ਇਸ ਤੋਂ ਵੀ ਨਹੀਂ ਹਮ ਆਪਾਂ ਕਹੀਏ ਕਿ ਆਮ ਲੋਕਾਂ ਨੂੰ ਜਿਹੜੇ ਲੋਕ ਸੱਚੀ ਮੁੱਚੀ ਜੁੜੇ ਹੋ ਜਿੰਨਾਂ ਦੀ ਭਾਵਨਾਵਾਂ ਜੁੜੀ ਹੈ ਜਾਂ ਜਿਹੜੇ ਚਾਹੁੰਦੇ ਨੇ ਸੱਚੀ ਮੁੱਚੀ ਹਮ ਤੇ ਚਾਹੇ ਉਹ ਆਮ ਲੋਕ ਚਾਹੁੰਦੇ ਨੇ ਕਿ ਤਣ ਪੱਤਣ ਲੱਗੇ ਜਾਂਚ ਜਿਹੜੇ ਸੱਚੀ ਮੁੱਚੀ ਦੋਸ਼ੀ ਨੇ ਕਿਸੇ ਦਾ ਨਾਮ ਥੋੜੀ ਲਿਆ ਜਾਵੇ ਜਿਕੇ ਕਿਸੇ ਨੂੰ ਵੀ ਟਾਰਗੇਟ ਕੀਤਾ ਜਾ ਰਿਹਾ ਕਿ ਇਸ ਬੰਦੇ ਨੇ ਆ ਗੱਲ ਕੀਤੀ ਪਰ ਪ੍ਰਵਿੰਦਰ ਜੀ ਜਦੋਂ ਆਪਾਂ ਦੇਖਦੇ ਆ ਕਿ ਮਾਮਲੇ ਵਿਦਵੀ ਮਾਮਲਿਆਂ ਦੀ ਜਾਂਚ ਚੱਲ ਰਹੀ ਹੈ ਪਹਿਲਾਂ ਤਾਂ ਕੁਮਰ ਵਿਜੇ ਪ੍ਰਤਾਪ ਤੇ ਅਕਾਲੀ ਦਲ ਨੇ ਸਵਾਲ ਖੜੇ ਕੀਤੇ ਉਸ ਤੋਂ ਪਹਿਲਾਂ ਐਸਆਈਟੀ ਰਣਜੀਤ ਸਿੰਘ ਹੋਣਾ ਦੀ ਉਹਦੇ ਤੇ ਸਵਾਲ ਖੜੇ ਕੀਤੇ ਗਏ ਹੁਣ ਜਿਹੜੇ ਆ ਇੱਕ ਵਿਜੇ ਸਿੰਘਲਾ ਹੋਣਾ ਦਾ ਇੱਕ ਅਫਸਰ ਦਾ ਪਾਸੇ ਹੋਣਾ ਇਸ ਜਾਂਚ ਤੋਂ ਪਹਿਲਾਂ ਉਹਨੂੰ ਸ਼ਾਮਲ ਕਰਨਾ ਫਿਰ ਅਕਾਲੀ ਦਲ ਦੇ ਵੱਲੋਂ ਕਹਿਣਾ ਕਿ ਅਸੀਂ ਤਾਂ ਐਫ ਆਈ ਆਰ ਕਰਾਵਾਂਗੇ ਇਹਨਾਂ ਦੇ ਉੱਤੇ ਫਿਰ ਉਸ ਨੂੰ ਉਹਨਾਂ ਦਾ ਮਤਲਬ ਕਿ ਰਾਤੋਂ ਰਾਤ ਕਹਿ ਲੋ ਕਿ ਇਸ ਤਰ੍ਹਾਂ ਪਾਸੇ ਹੋਣਾ ਇਹ ਵੀ ਤਾਂ ਕਿਤਨੇ ਕਿਤੇ ਲੋਕਾਂ ਦੇ ਵਿੱਚ ਸ਼ੱਕ ਖੜੇ ਕਰਦਾ ਹੈ ਕਿ ਆਖਿਰਕਾਰ ਕਾਂਗਰਸ ਕੀ ਵਾਕਈ ਸਿਰਫ ਬਾਦਲ ਪਰਿਵਾਰ ਨੂੰ ਘੇਰਨ ਦੇ ਲਈ ਜਾਂ ਬਾਦਲ ਪਰਿਵਾਰ ਨੂੰ ਅੰਦਰ ਕਰਨ ਦੇ ਲਈ ਉਧਰਲੇ ਪਾਸੇ ਚੱਲ ਰਹੀ ਹੈ ਜਿਵੇਂ ਅਕਾਲੀ ਦਲ ਕਹਿੰਦਾ ਸਾਰਾ ਕੁਝ ਉਵੇਂ ਹੀ ਹੁੰਦਾ ਥੋੜਾ ਥੋੜਾ ਜਾਪ ਰਿਹਾ ਹੈ ਕਿ ਐਦਾਂ ਲੱਗਦਾ ਹੈ ਕਿ ਸਿਆਸਤ ਤੋਂ ਪ੍ਰੇਰਿਤ ਹੋ ਰਿਹਾ ਠੀਕ ਦੀ ਨਜ਼ਰਾਂ ਦੇ ਵਿੱਚੋਂ ਮੁਲਜ਼ਮ ਨੇ ਲੋਕ ਮੁਲਜ਼ਮ ਕਹਿੰਦੇ ਨੇ ਪਰ ਫਿਰ ਵੀ ਉਹ ਕਹਿੰਦੇ ਨੇ ਕਿ ਬੇਦਬੀ ਵਾਲੇ ਮਸਲਿਆਂ ਦੇ ਵਿੱਚ ਜਿਨ੍ਹਾਂ ਨੇ ਬੇਦਬੀ ਕੀਤੀ ਹੈ ਉਹਨਾਂ ਦੀ ਵੀ ਪੈੜ ਨੱਪੀ ਜਾਏ ਉਹਨਾਂ ਨੂੰ ਵੀ ਅੰਦਰ ਕੀਤਾ ਜਾਏ ਭਾਵੇਂ ਉਹ ਜਿੰਨੇ ਕੁ ਮਾਮਲਿਆਂ ਦੇ ਵਿੱਚ ਜੋ ਕੁਝ ਹੋ ਰਿਹਾ ਕੋਟਕਪੂਰਾ ਗੋਲੀकांड ਦੇ ਵਿੱਚ ਇਹਨਾਂ ਤੋਂ ਪੁੱਛ ਕੇ ਛੋਰੀ ਹੈ ਪਰ ਚਾਹੀਦਾ ਇਹ ਨਹੀਂ ਕਿ ਪੂਰੇ ਓਵਰਆਲ ਮਾਮਲੇ ਨੂੰ ਜਿਹੜਾ ਉਹ ਸਾਫ਼ ਕੀਤਾ ਜਾਵੇ ਨਾ ਕਿ ਇਸ ਤੇ ਸਿਆਸਤ ਕੀਤੀ ਜਾਏ ਇਹ ਨਾ ਹੋਵੇ ਕਿ ਵੋਟਾਂ ਤੋਂ ਪਹਿਲਾਂ ਗ੍ਰਿਫਤਾਰ ਕਰਕੇ ਬਿਠਾ ਦੇਣ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਅਦਾਲਤੀ ਕਾਰਵਾਈਆਂ ਦੇ ਵਿੱਚ ਬਸ ਉਲਝਾ ਕੇ ਰੱਖਣ ਦਿਕੂ ਮਾ ਪਤਾ ਹੀ ਪਹਿਲਾਂ ਹੀ ਕਹਿ ਚੁੱਕਿਆ ਕਿ ਇਹ ਮਾਮਲੇ ਜਿਵੇਂ 84 ਦਾ ਮਸਲਾ ਸੀਗਾ ਸੁਦਰੋਂ ਉਮੇ ਜਾਣਾ ਇਹ ਮਾਮਲਾ ਇਹ ਅੱਜ ਇੱਥੋਂ ਨਿਕਲ ਜੂਗਾ ਕੋਰਟਾਂ 'ਚ ਫਸ ਜੂਗਾ ਹੂੰ ਕੋਰਟਾਂ ਦੇ ਵਿੱਚ ਕਦੋਂ ਫੈਸਲਾ ਆਉਂਦਾ ਅਗਲਾ ਇੱਕ ਛੋਟੀ ਕੋਰਟ ਤੋਂ ਜਾਂਦਾ ਉੱਪਰ ਲੋਅਰ ਕੋਰਟ ਤੋਂ ਹਾਈ ਹਾਈ ਕੋਰਟ ਚਲੇ ਜਾਂਦਾ ਹਾਈ ਕੋਰਟ ਤੋਂ ਸੁਪਰੀਮ ਕੋਰਟ ਤੱਕ ਜਾ ਜਾਂਦਾ ਇਹਦਾ ਲਟਕਾ ਕੇ ਰੱਖਣਾ ਹੁੰਦਾ ਇਹਨਾਂ ਨੇ ਇਹ ਲਟਕਾ ਕੇ ਰੱਖਿਆ ਇਹ ਇਹਦੇ ਤੇ ਇਹਦੇ ਤੇ ਕੋਈ ਛੇਤੀ ਕਿਤੇ ਫੈਸਲਾ ਆਉਣਾਂ ਦੀ ਸੰਭਾਵਨਾ ਨਹੀਂ ਹੈਗੀ ਹੁਣ ਹੂੰ ਫਿਲਹਾਲ ਦੂਜੀ ਗੱਲ ਜਿਹੜੀ ਤੁਸੀਂ ਗੱਲ ਕਰਦੇ ਹੋ ਅ ਦਬਾਅ ਦੀ ਗੱਲ ਕਰਦੇ ਹਾਂ ਜਾਂ ਮੈਂ ਇਹ ਗੱਲ ਪੁੱਛਣਾ ਚਾਹੁੰਦਾ ਚਾਹੇ ਉਹ ਕਾਂਗਰਸ ਹੈ ਅਕਾਲੀ ਦਲ ਹੈ ਜਾਂ ਕੋਈ ਵੀ ਪਾਰਟੀ ਹੈ ਜਿਹੜੀ ਕੁਐਸਚਨ ਖੜਾ ਕਰਦੀ ਹੈ ਕਿਸੇ ਜਾਂਚ ਦੇ ਉੱਤੇ ਕਿਸੇ ਕਮਿਸ਼ਨ ਦੇ ਉੱਤੇ ਕਿਸੇ ਤਰ੍ਹਾਂ ਦਾ ਵੀ ਉਹ ਉਹ ਸੁਜੈਸਟ ਕਰ ਦੇਣਾ ਹੂੰ ਕਿਸੇ ਬੰਦੇ ਦੀ ਨਿਰਪੱਖ ਜਾਂਚ ਨੂੰ ਕਹਿਣਗੇ ਨਾ ਕਿਹੇ ਬੰਦੇ ਨਿਰਪੱਖ ਜਾਂਚ ਕਰ ਸਕਦਾ ਹੈ ਕਿੰਨੇ ਬੰਦੇ ਨੇ ਜਾਂਚ ਕਰ ਲਈ ਹਰ ਇੱਕ ਮੁੱਦਾ ਹਰ ਇੱਕ ਮਾਮਲੇ ਦੀ ਗੱਲ ਲਈ ਬੀ ਅਦਮੀ ਕੋਟ ਕਪੂਰਾ ਬਰਗਾੜੀ ਇਹ ਉਹਨਾਂ ਦੇ ਸਮੇਂ ਅਕਾਲੀ ਦਲ ਦੇ ਸਮੇਂ 'ਚ ਵੀ ਜਾਂਚ ਹੋਈ ਆ ਹੂੰ ਕਾਂਗਰਸ ਦੇ ਸਮੇਂ 'ਚ ਵੀ ਜਾਂਚਾਂ ਹੋਈਆਂ ਸਾਰਿਆਂ ਨੂੰ ਨਕਾਰ ਹੀ ਜਾਂਦੇ ਨੇ ਹੂੰ ਮਤਲਬ ਸਾਰੇ ਹੀ ਬੰਦੇ ਬੇਈਮਾਨ ਨੇ ਬਿਲਕੁਲ ਫਿਰ 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 ਕੱਢ ਕੇ ਲਿਆਉਣ ਬੰਦਾ ਕੋਈ ਇਹ ਭਾਈ ਅਸੀਂ ਤੁਹਾਡਾ ਸਾਥ ਦਿੰਨੇ ਆ ਇਹਦੇ ਵਿੱਚ ਰਾਜਨੀਤੀ ਨਹੀਂ ਕੋਈ ਪਾਰਟੀ ਨਹੀਂ ਅਲੱਗ-ਅਲੱਗ ਕੋਈ ਪਾਰਟੀ ਨਹੀਂ ਅਸੀਂ ਸਾਰੇ ਇਕੱਠੇ ਆ ਇਸ ਮਾਮਲੇ ਤੇ ਕਿਉਂਕਿ ਸ੍ਰੀ ਗੁਰਗ੍ਰਾਂਤ ਸਾਹਿਬ ਜੀ ਦੀ ਬੇਅਦਬੀ ਨਾਲ ਜੁੜਿਆ ਮਾਮਲਾ ਹੂੰ ਤੇ ਆਮ ਲੋਕਾਂ ਦੇ ਉੱਤੇ ਸ਼ਾਂਤੀ ਜਿਹੜੇ ਮਾਰਚ ਕਰ ਰਹੇ ਸੀ ਜਾਂ ਸ਼ਾਂਤੀਪੂਰਵਕ ਬੈਠੇ ਸੀ ਰੋਸ ਪ੍ਰਦਰਸ਼ਨ ਕਰ ਰਹੇ ਸੀ ਉਹਨਾਂ ਤੇ ਗੋਲੀ ਚੱਲਣ ਦਾ ਮਾਮਲਾ ਦੋ ਬੰਦਿਆਂ ਦੇ ਕਤਲ ਦਾ ਜਾਂ ਸ਼ਹੀਦੀ ਦਾ ਮਾਮਲਾ ਕਿਉਂ ਮਰੇਗੇ ਮਾਰੇ ਗਏ ਜਾਂ ਕਿਉਂ ਗੋਲੀ ਚੱਲੀ ਹਨ ਇਹਨਾਂ ਸਾਰੇ ਮਾਮਲਿਆਂ ਦੇ ਉੱਤੇ ਅਸੀਂ ਇਕੱਠੇ ਹਾਂ ਸਾਰੇ ਚਾਹੇ ਕਾਂਗਰਸ ਹੈ ਚਾਹੇ ਕਾਲੀ ਹੈ ਚਾਹੇ ਆਵਾਜ਼ ਦੀ ਪਾਰਟੀਆਂ ਜੋ ਵੀ ਹੈ ਤੇ ਇਹ ਬੰਦੇ ਲੈ ਕੇ आओ ਇਹਨਾਂ ਨੂੰ ਕਹੋ ਕਿ ਤੁਸੀਂ ਨਿਰਪੱਖ ਜਾਂਚ ਕਰੋ ਜੀ ਅਸੀਂ ਤੁਹਾਡੇ ਨਾਲ ਕੋਈ ਬੰਦਾ ਸਵਾਲ ਨਾ ਕਰੇ ਉਹ ਬੰਦੇ ਕੱਢ ਕੇ ਲਿਓ ਫਿਰ ਨਹੀਂ ਜਾਂ ਤੇ ਮੁਲਜ਼ਮ ਤੋਂ ਤੁਹਾਡੇ ਨਾਲ ਪੁੱਛਿਆ ਜਾਏਗਾ ਕਿ ਤੂੰ ਮੁਲਜ਼ਮ ਤੋਂ ਜਾਂਚ ਕਰਾਉਣੀ ਆ ਆਪ ਅੱਗੇ ਆਉਣ ਨਾ ਜਿਹੜਾ ਆਪਣੇ ਆਪ ਨੂੰ ਕਹਿੰਦਾ ਮੈਂ ਆਪਣੇ ਆਪ ਨੂੰ ਬਰੀ ਕਰਦਾ ਨਾ ਕਿ ਸਾਡਾ ਦੋਸ਼ ਨਹੀਂ ਹੂੰ ਚਾਹੇ ਕਾਂਗਰਸ ਆ ਚਾਹੇ ਕਾਲੀ ਦਲ ਆ ਉਹ ਕਹਿੰਦੇ ਸਾਡਾ ਦੋਸ਼ ਨਹੀਂ ਹੂੰ ਨਹੀਂ ਦੋਸ਼ ਠੀਕ ਹੈ ਤੁਸੀਂ ਸਾਰੀਆਂ ਜਾਂਚਾਂ ਤਾਂ ਰੱਦ ਕਰੀ ਜਾਂਦੇ ਹੋ ਇਹ ਬੰਦਾ ਫਲਾਣਾ ਜੀ ਅਸੀਂ ਪਹਿਲਾਂ ਹੀ ਕਰ ਅਸੀਂ ਰਾਜਨੀਤੀ ਉੱਪਰ ਤੁਸੀਂ ਅਧਿਕਾਰੀ ਕੱਢ ਲਿਓ ਨਾ ਵੀ ਆਹ ਅਧਿਕਾਰੀ ਨੇ ਜੀ ਆਹਾ ਸਾਹਬ ਦਾ ਜੱਜ ਆ ਜਾਂ ਕੋਈ ਬੈਠਾ ਜੱਜ ਆ ਜਾਂ ਸਿਟਿੰਗ ਕਹ ਲੋ ਜਾਂ ਜਾ ਕੋਈ ਜਾਂ ਕੋਈ ਪੁਲਿਸ ਦਾ ਵੱਡਾ ਅਧਿਕਾਰੀ ਹੈ ਕਿ ਇਹਨਾਂ ਨੂੰ ਜਾਂਚ ਦੀ ਕਮੇਟੀ ਦੇ ਮੈਂਬਰ ਬਣਾ ਕੇ ਇਹਨਾਂ ਤੋਂ ਨਿਰਪੱਖ ਜਾਂਚ ਕਰਵਾਈ ਜਾਵੇ ਅਸੀਂ ਸਾਰੇ ਇਕੱਠੇ ਆ ਬਿਲਕੁਲ ਚਾਹੀਦਾ ਤੇ ਵੀ ਹੈ ਨਾ ਕਿ ਇਹਦੇ ਵਿੱਚ ਕਾਂਗਰਸ ਜੋ ਹੁਣ ਤੱਕ ਕਾਂਗਰਸ ਦੀ ਸਰਕਾਰ ਹੈ ਇਹਨਾਂ ਨੇ ਜਿਹੜੀ ਵੀ ਜਾਂਚ ਸੈੱਟ ਬਣਾਈ ਹੈ ਉਹ ਕਰਨ ਜਾਂਚ ਕਰਨ ਪਰ ਸਿਆਸੀ ਬਦਲਾਖੋਰੀ ਨਾ ਤਾਂ ਲੋਕਾਂ ਦੇ ਤੱਕ ਉਹ ਗੱਲ ਮੈਸੇਜ ਜਾਵੇ ਕਿ ਕਿਤੇ ਬਦਲਾਖੋਰੀ ਤਾਂ ਨਹੀਂ ਕਿਤੇ ਇਨਸਾਫ ਦੇ ਨਾਮ ਦੇ ਉੱਤੇ ਸਿਰਫ ਇਹ ਤਾਂ ਨਹੀਂ ਕਿ ਵੋਟਾਂ ਕੈਸ਼ ਕਰਨ ਦੀ ਗੱਲ ਹੈ ਦੂਜੀ ਗੱਲ ਇਹ ਹੈ ਕਿ ਲੋਕੇ ਵੀ ਕਹਿੰਦੇ ਨੇ ਕਿ ਅਸੀਂ ਵੀ ਕਹਿੰਦੇ ਹਾਂ ਜਿਵੇਂ ਅਕਾਲੀ ਦਲ ਵਾਲੇ ਕਹਿੰਦੇ ਨੇ ਕਿ ਅਸੀਂ ਕਿਹ ਸਾਬ ਦੇ ਸਰੂਪਾਂ ਦੀ ਅਸੀਂ ਤਾਂ ਬੇਅਦਬੀ ਜਾਂ ਬਾਦਲ ਪਰਿਵਾਰ ਕਰ ਹੀ ਨਹੀਂ ਸਕਦਾ ਕੋਈ ਵੀ ਇਹ ਗੱਲ ਨਹੀਂ ਕਹਿ ਰਿਹਾ ਠੀਕ ਹੈ ਉਹਨਾਂ ਨੇ ਸਰੂਪ ਨਹੀਂ ਅਸੀਂ ਵੀ ਕਹਿੰਦੇ ਆ ਕਿ ਨਹੀਂ ਚੱਕੇ ਉਹਨਾਂ ਨੇ ਸਰੂਪ ਉਹਨਾਂ ਨੇ ਬੇਅਦਬੀ ਨਹੀਂ ਕੀਤੀ ਜਿਨ੍ਹਾਂ ਨੇ ਕੀਤੀ ਹੈ ਪਰ ਗੱਲ ਤਾਂ ਇਹ ਹੈ ਕਿ ਗੋਲੀ ਚਲਾਈ ਕਿਦੇ ਇਸ਼ਾਰੇ ਦੇ ਉੱਤੇ ਉਹ ਅੱਜ ਤੱਕ ਕੋਈ ਵੀ ਐਸਆਈਟੀ ਕਹਿ ਲਓ ਕਿ ਕਿਸੇ ਵੀ ਐਸਆਈਟੀ ਨੇ ਮੇਰੇ ਖਿਆਲ ਦੇ ਵਿੱਚ ਸਾਫ਼ ਨਹੀਂ ਕੀਤਾ ਹੋਣਾ ਕਿ ਗੋਲੀ ਕਿਦੇ ਇਸ਼ਾਰੇ ਤੇ ਚੱਲੀ ਆ ਉਹ ਕਹਿੰਦੇ ਕਿ ਬਾਦਲ ਸਾਹਿਬ ਦਾ ਉਦਾਂ ਗੱਲ ਕਰਦ ਰੇ ਨੇ ਉਹਨਾਂ ਨੇ ਨਹੀਂ ਕਿਹਾ ਐਸਡੀਐਮ ਨੂੰ ਪੁੱਛੋ ਜਾ ਕੇ ਫਿਰ ਐਸਡੀਐਮ ਨੂੰ ਕਿਉਂ ਨਹੀਂ ਪੁੱਛਦੇ ਜਾ ਕੇ ਜਾਂ ਹੋਰ ਉੱਥੇ ਅਧਿਕਾਰੀਆਂ ਨੂੰ ਕਿਉਂ ਨਹੀਂ ਪੁੱਛਦੇ ਇਸ ਜੇ ਕੋਈ ਚਲਾਂਦਾ ਹੈ ਗੈਰ ਜ਼ਿੰਮੇਵਾਰੀ ਹੈ ਫਿਰ ਤਾਂ ਗ੍ਰਹਿ ਮੰਤਰੀ ਦੇ ਉੱਤੇ ਸਵਾਲ ਤਾਂ ਉੱਠਦੇ ਨੇ ਫਿਰ ਤੁਹਾਡਾ ਕੀ ਕੰਮ ਹੈ ਬਿਲਕੁਲ ਉਹੀ ਉਹੀ ਹੈ ਨਾ ਵੀ ਜਦੋਂ ਸੀਐਮ ਹੈ ਤੇ ਡਿਪਟੀ ਸੀਐਮ ਦੌੜਦਾ ਆ ਗ੍ਰਹਿ ਮੰਤਰੀ ਆਲੇ ਦੌੜਦਾ ਆ ਠੀਕ ਹੈ ਉਹ ਸਾਰੇ ਕਿਸ ਕੰਮ ਦੇ ਨੇ ਫਿਰ 157 ਵਾਰ ਜਿਹੜੀ ਕਾਲ ਹੋਈ ਹੈ ਹੁਣ ਸਿੱਟ ਵੀ ਕਹ ਰਹੀ ਪਿਛਲੇ ਨੇ ਵੀ ਕੀਆ ਉਹ ਕਾਦੇ ਲਈ ਹੋਈ ਜਾਂ ਉਸ ਟਾਈਮ ਅੱਜ ਤੇ 80% ਅਧਿਕਾਰੀਆਂ ਕੋਲ ਐਡੀ ਪਾਵਰ ਕਿਵੇਂ ਆ ਗਈ ਤੇ ਉਹਨਾਂ ਨੇ ਗੋਲੀ ਚਲਾ ਦਿੱਤੀ ਬਿਨਾਂ ਪੁੱਛੇ ਕਿਵੇਂ ਮਤਲਬ ਚਾਹੇ ਐਸਡੀਐਮ ਹੂੰ ਉਹਦਾ ਕਿਹੜਾ ਨਹੀਂ ਹੁੰਦਾ ਕਿ ਅਧਿਕਾਰ ਹੀ ਨਹੀਂ ਹੈਗਾ ਇੱਦਾਂ ਅਧਿਕਾਰ ਖੇਤਰ ਚ ਕੀ ਹੈ ਵੀ ਕੋਲੀ ਚਲਾ ਦੋ ਜਦੋਂ ਕਿ ਸ਼ਾਂਤੀਪੂਰਵਕ ਬੈਠੇ ਆ ਉਹ ਵੀਡੀਓਜ਼ ਵਾਇਰਲ ਹੋਈਆਂ ਨੇ ਸਾਰੀਆਂ ਪਤਾ ਦਿਖੇ ਰਹੀਆਂ ਨੇ ਸਾਰੀਆਂ ਕਿਹੜੀ ਹਿੰਸਾ ਹੋ ਰਹੀ ਸੀ ਉੱਥੇ ਇਹ ਤਾਂ ਇਹ ਵੀ ਕਹਿੰਦੇ ਨੇ ਨਾ ਕਹਿੰਦੇ ਕਾਂਗਰਸੀਆਂ ਤੇ ਆਮ ਆਦਮੀ ਪਾਰਟੀ ਵਾਲਿਆਂ ਨੇ ਵੀ ਨਾਰਕੋਟਿਕਸ ਕਰਾਉਂ ਕਹਿੰਦੇ ਪਤਾ ਲੱਗਣਾ ਚਾਹੀਦਾ ਵੀ ਇਹਨਾਂ ਦਾ ਕੀ ਰੋਲ ਹੈ ਇਸ ਸਭ ਦੇ ਵਿੱਚ ਅਕਾਲੀ ਦਲ ਨੇ ਤੁਸੀਂ ਆਪ ਤਾਂ ਇਹੀ ਗੱਲ ਕਰਨੇ ਆ ਨਾ ਕਿ ਸਾਬਦਾ ਕਰਵਾ ਲਓ ਜਿਹਦਾ ਤੁਹਾਨੂੰ ਲੱਗਦਾ ਹੈ ਇਹ ਤਾਂ ਹੁਣ ਚਿੱਕੜ ਉਚਾਲਣਾ ਹੋ ਗਿਆ ਇੱਕ ਦੂਜੇ ਦੇ ਗੱਲ ਤਾਂ ਇੰਨੀ ਕਹ ਵੀ ਅਸੀਂ ਵੀ ਬੈਠੇ ਆ ਅਸੀਂ ਤਿਆਰ ਆ ਜਾਂਚ ਨੂੰ ਪਰ ਜਾਂਚ ਲਈ ਤਿਆਰਤਾ ਤਾਂ ਹੋਣਾ ਜੇ ਕਿਸੇ ਇੱਕ ਜਾਂਚ ਦੀ ਗੱਲ ਮੰਨੀ ਹੀ ਹੋਵੇ ਕਿਸੇ ਦੀ ਨਹੀਂ ਮੰਨ ਰਹੇ ਹਰ ਇੱਕ ਨੂੰ ਕਹਿ ਦਿੰਦੇ ਨੇ ਇਹ ਪ੍ਰੇਰਿਤ ਤੇ ਰਾਜਨੀਤੀ ਤੋਂ ਪ੍ਰੇਰਿਤ ਤੇ ਰਾਜਨੀਤੀ ਤੋਂ ਪ੍ਰੇਰਿਤ ਠੀਕ ਹੈ ਜਦੋਂ ਕਾਂਗਰਸ ਨੇ ਪਿਛਲੀ ਜਾਂਚ ਮੰਨੀ ਹੁੰਦੀ ਜਿਹੜੀ ਜਿਹੜੀ ਅਕਾਲੀ ਦਲ ਵੇਲੇ ਕਰਵਾਈ ਸੀਗੀ ਜਾਂਚ ਉੱਥੇ ਉਦੋਂ ਵੀ ਹੋਈ ਸੀ ਕਮਿਸ਼ਨ ਬੈਠਾ ਸੀਗਾ ਇਹਨਾਂ ਨੇ ਆਪਣੀ ਨਵੀਂ ਸਿੱਟ ਬਣਾਦੀ ਜੀ ਇਹਨਾਂ ਨੇ ਆਪਣਾ ਜਾਂਚ ਕਮਿਸ਼ਨ ਲੱਗ ਕਰਤਾ ਜੀ ਉਹਨਾਂ ਦੀ ਵੀ ਨਹੀਂ ਮੰਨੀ ਜਾ ਰਹੀ ਤੇ ਫਿਰ ਇਹਦਾ ਮਤਲਬ ਸਾਰੇ ਬੰਦੇ ਝੂਠ ਬੋਲ ਰਹੇ ਨੇ ਬਿਲਕੁਕੁਲ ਇਹਦਾ ਮਤਲਬ ਸਾਰੇ ਬੰਦੇ ਭ੍ਰਿਸ਼ਟ ਨੇ ਇਹਦਾ ਮਤਲਬ ਸਾਰੀ ਪੁਲਿਸ ਹੈ ਜਿਹੜੀ ਉਹ ਸਾਰੀ ਰਾਜਨੀਤਿਕ ਦਬਾਹ ਹੇਟ ਕੰਮ ਕਰਦੀ ਹੈ ਫਿਰ ਇਨਸਾਫ ਕਿੱਥੋਂ ਮਿਲੂਗਾ ਵੀ ਜਾ ਤਾਂ ਇਹ ਦਸਨ ਕਲੀਅਰ ਕਰਨ ਵੀ ਇੱਥੋਂ ਇਨਸਾਫ ਮਿਲੂਗਾ ਕਿੱਥੋਂ ਮਿਲੂਗਾ ਅੱਜ ਕੋਈ ਸੈਟ ਬਿਠਾ ਦੀ ਕੱਲ ਨੂੰ ਕੋਈ ਬਿਠਾ ਦੀ ਰੱਦ ਤੁਸੀਂ ਦੋਵਾਂ ਨੂੰ ਕਰੀ ਜਾਂਦੇ ਹੋ ਫੇਰ ਤਾਂ ਇਨਸਾਫ ਮਿਲਣਾ ਨਾ ਹੈ ਹੀ ਨਹੀਂ ਨਾ ਨਾਰਕੋਡੈਸਟ ਕਰਾਉਣਾ ਤੁਸੀਂ ਵੀ ਤਿਆਰ ਹੋ ਤੇ ਉਹਨਾਂ ਨੂੰ ਵੀ ਤਿਆਰ ਉਹਨਾਂ ਦੇ ਤਾਂ ਪਹਿਲੇ ਤਾਂ ਗੱਲ ਉਹਨਾਂ ਦਾ ਰੋਲ ਇੰਨਾ ਹੈ ਨਹੀਂ ਸੀ ਕਿਉਂਕਿ ਹਰ ਇੱਕ ਲੋਕ ਜਾਣਦਾ ਕਿ ਕਾਂਗਰਸ ਉਸ ਟਾਈਮ ਕੀ ਕਰ ਸਕਦੀ ਸੀ ਕਾਂਗਰਸ ਦੀ ਕੀ ਪੁਲਿਸ ਮੰਨਦੇ ਸੀਗੇ ਕਿ ਕਾਂਗਰਸ ਦੇ ਕਿਸੇ ਤੋਂ ਗੋਲੀ ਚੱਲ ਜਾਂਦੀ ਜਦੋਂ ਮੰਨ ਲਿਆ ਜੇ ਮੰਨਦੇ ਸੀ ਤੁਹਾਨੂੰ ਲੱਗਦਾ ਕਿ ਫਿਰ ਤੁਸੀਂ ਜਾਂਚ ਜਿਹੜੀ ਬਿਠਾਈ ਸੀ ਉਹਦੇ ਵਿੱਚ ਕਾਂਗਰਸ ਨੂੰ ਕਿਉਂ ਨਿਕੜੀ ਸ ਉਸ ਟਾਈਮ ਜੇ ਕਿਸੇ ਪੁਲਿਸ ਅਧਿਕਾਰੀ ਨੇ ਗੋਲੀ ਚਲਾਈ ਸੀ ਤਾਂ ਉਸ ਪੁਲਿਸ ਅਧਿਕਾਰੀ ਨੂੰ ਤੁਸੀਂ ਕਿਉਂ ਨਹੀਂ ਖਿੱਚਿਆ ਵੀ ਇਹਨੇ ਕਿਹਦੇ ਕਿਸੇ ਤੋਂ ਗੋਲੀ ਚਲਾਤੀ ਅਸੀਂ ਤਾਂ ਆਰਡਰ ਦਿੱਤੇ ਨਹੀਂ ਬਿਲਕੁਲ ਉਦੋਂ ਤੁਸੀਂ ਜਾਂਚ ਕਰਵਾਈ ਨਾ ਜਦੋਂ ਜਾਂਚ ਕਰਵਾਈ ਹੈ ਫਿਰ ਇਹ ਚੀਜ਼ਾਂ ਕਿਉਂ ਨਹੀਂ ਉਦੋਂ ਸਾਹਮਣੇ ਆਈਆਂ ਅੱਜ ਕਿਉਂ ਕਹਿ ਰਹੇ ਹੋ ਇਹਦਾ ਮਤਲਬ ਕਿ ਤਨਾ ਕਿਤੇ ਕਾਲਾ ਤਾਂ ਹੈ ਨਾ ਹਾਂ ਹੁਣ ਹੁਣ ਸਵਾਲ ਇਹ ਵੀ ਉੱਠਦੇ ਨੇ ਇਸ ਮਸਲੇ ਦੇ ਉੱਤੇ ਮੇਰਾ ਇਹ ਆਖਰੀ ਸਵਾਲ ਇਹ ਹੈ ਕਿ ਜੇਕਰ ਅਕਾਲੀ ਦਲ ਦੇ ਵਿੱਚੋਂ ਬਾਦਲ ਪਰਿਵਾਰ ਇਸ ਤਰ੍ਹਾਂ ਜਿਵੇਂ ਹੁਣ ਜਿਸ ਤਰ੍ਹਾਂ ਦਾ ਦਬਾਅ ਪ੍ਰੈਸ਼ਰ ਬਣ ਰਿਹਾ ਹੈ ਕਹਿੰਦੇ ਕਿ ਰਾਹੁਲ ਗਾਂਧੀ ਦੇ ਇਸ਼ਾਰੇ ਤੇ ਚੱਲ ਰਿਹਾ ਹੈ ਜੇ ਮੰਨ ਲਓ ਕਿ ਦੋਸ਼ ਸਿੱਧ ਹੋ ਜਾਂਦੇ ਨੇ ਜਾਂ ਇਹਨਾਂ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਪ੍ਰਕਾਸ਼ ਸਿੰਘ ਬਾਦਲ ਦੀ ਸੁਖਬੀਰ ਬਾਦਲ ਦੀ ਤਾਂ ਕਹਿੰਦੇ ਅਕਾਲੀ ਦਲ ਕੌਣ ਸੰਭਾਲੇਗਾ ਇਹ ਵੀ ਸਵਾਲ ਖੜੇ ਹੋ ਰਹੇ ਨੇ ਕਿ ਇੱਕੋ ਦਮ ਜਿਹੜਾ ਖਲਾਬ ਪੈ ਜਾਣਾ ਉਹਨੂੰ ਸੰਭਾਲਣਾ ਬੜਾ ਔਖਾ ਹੋ ਜਾਣਾ ਫਿਰ ਨੀ ਪਰਿਵਾਰ ਬਾਤ ਦਾ ਹੈਗਾ ਇਹਦਾ ਰੌਲਾ ਹੈ ਇਹ ਪਰਿਵਾਰ ਬਾਤ ਦੇ ਚ ਜਾਊਗਾ ਤਾਂ ਇਹਦੇ ਵਿੱਚ ਕੋਈ ਇੰਦਾ ਨਹੀਂ ਕਿ ਕਾਲੀਦਲ ਨੂੰ ਕੌਣ ਸੰਭਾਲੇਗਾ ਕਾਲੀਦਲ ਨੂੰ ਸੰਭਾਲਣ ਨਾਲ ਤਾਂ ਬਥੇਰੇ ਬੈਠੇ ਨੇ ਸਰ ਸਿਮਰਤਪੁਰ ਬਾਦਲ ਨੂੰ ਵੀ ਅੱਗੇ ਕਰ ਸਕਦਾ ਕੋਈ ਵੀ ਕਰ ਸਕਦੇ ਨੇ ਉਹਨਾਂ ਨੂੰ ਪਤਾ ਹੈ ਕਿ ਇਹ ਬਾਦਲ ਪਰਿਵਾਰ ਨਾਲ ਸੰਬੰਧਿਤ ਹੀ ਬੰਦਾ ਅੱਗੇ ਆਏਗਾ ਨਾ ਇਹ ਤਾਂ ਹੁਣ ਜੇ ਜੇ ਗੱਲ ਨਾ ਹੁੰਦੀ ਤਾਂ ਦੂਜੇ ਗਰੁੱਪ ਹੀ ਨਹੀਂ ਸੀ ਬਣਦੇ ਜਿਹੜੇ ਬਖਰੇ ਹੋ ਕੇ ਗਏ ਨੇ ਉਹ ਬਣਨੇ ਹੀ ਨਹੀਂ ਸੀਗੇ ਉਹ ਤਾਂ ਸਪਸ਼ਟ ਹੈ ਉਹ ਉਥੋਂ ਹੀ ਜਿਵੇਂ ਢਿੰਡਸਾ ਗਰੂਪ ਜਾਂ ਫਲਾਣਾ ਟਿੰਗੜਾ ਇਹ ਬਣੇ ਨੇ ਬ੍ਰਹਮਪੁਰਾ ਸੇਵਾ ਸਿੰਘ ਸੇਕਮੌਰੀ ਬਾਣ ਦੇ ਨੇ ਜਾਂ ਹੋਰ ਵੀ ਬਥੇਰੇ ਪਹਿਲਾਂ ਨਿਕਲੇ ਨੇ ਉਹਨਾਂ ਦਾ ਮਤਲਬ ਇਹੀ ਸੀ ਨਾ ਕਿ ਬਾਦਲ ਨੇ ਹੁਣ ਬਾਦਲ ਪਰਿਵਾਰ ਤੋਂ ਬਿਨਾਂ ਕਿਸੇ ਹੋਰ ਨੂੰ ਅੱਗੇ ਨਹੀਂ ਆਉਣ ਦੇਣਾ ਕਮਾਂਡ ਨਹੀਂ ਦੇਣੀ ਕਿਸੇ ਅਕਾਲੀ ਦਰ ਦੇ ਕਿਸੇ ਨੂੰ ਵੀ ਕਿਸੇ ਦੇ ਹੱਥ 'ਚ ਨਹੀਂ ਦੇਣੀ ਸੋ ਤਾਂ ਕਲੀਅਰ ਹੀ ਹੈ ਇਹਨਾਂ ਦੇ ਵਿੱਚੋਂ ਕੋਈ ਨਾ ਕੋਈ ਆ ਜਾਏਗਾ ਹਰ ਸਿਮਰਤ ਹੈ ਇਹ ਵੀ ਹੋ ਸਕਦਾ ਹੈ ਕਿ ਬੀਬਾ ਹਰ ਸਿਮਰਤ ਕੋਰ ਬਾਦਲ ਨੂੰ ਜਿਵੇਂ ਚਰਚਾ ਇਹ ਵੀ ਚੱਲਦੀ ਹੈ ਇੱਕ ਕੋਈ ਮੁੱਖ ਮੰਤਰੀ ਦਾ ਚਿਹਰਾ ਮਹਿਲਾ ਦਾ ਪੰਜਾਬ ਦੇ ਵਿੱਚ ਹੋਇਆ ਨਹੀਂ ਤੇ ਰਜਿੰਦਰ ਕੋਰ ਭੱਟਲ ਤੋਂ ਬਾਅਦ ਤੇ ਕਹਿੰਦੇ ਸ਼ਾਇਦ ਇਹਨਾਂ ਨੂੰ ਰਿਪਰੈਜ਼ੈਂਟ ਕਰ ਦੇਣ ਫਿਰ ਅਕਾਲੀ ਦਲ ਵਾਲੇ ਇਹ ਵੀ ਪਤਾ ਖੇਡ ਸਕਦੇ ਨੇ ਹੋ ਸਕਦਾ ਕਿਉਂ ਨਹੀਂ ਹੋ ਸਕਦਾ ਬਿਲਕੁਲ ਹੋ ਸਕਦਾ ਹੈ ਪਰਿਵਾਰ ਚੋਂ ਹੋਣਾ ਚਾਹੀਦਾ ਬੰਦਾ ਇਹਨਾਂ ਦੇ ਕੋਈ ਵੀ ਹੋ ਸਕਦਾ ਦੇ ਕੱਲ ਨੂੰ ਕੋਈ ਇਹਨਾਂ ਦਾ ਪੁੱਤ ਈ ਐ ਇਦਾਂ ਹੋ ਜਾਂਦਾ ਉਹਦੇ ਜਾ ਜਾਂਦਾ 18 ਸਾਲ ਤੋਂ ਉੱਪਰ ਹੋ ਗਿਆ ਵੱਡ ਹੋ ਗਿਆ ਤਾਂ ਉਹਨੂੰ ਵੀ ਪੇਸ਼ ਕਰ ਸਕਦਾ ਵੀ ਇਹ ਸੀਐਮ ਦਾ ਚਿਹਰਾ ਇਹ ਹੋਏਗਾ ਸਾਡਾ ਬਿਲਕੁਲ ਜਿਸ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਸਿਆਸਤ ਚੱਲ ਰਹੀ ਐ ਭਾਵੁਕਤਾ ਦੇ ਆਧਾਰ ਤੇ ਕਿਉਂਕਿ ਵੋਟਾਂ ਜਿਹੜੀਆਂ ਨੇ ਉਹ ਇਸੇ ਤਰ੍ਹਾਂ ਕੈਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ ਹਾਲਾਂਕਿ ਜੇ ਲੋਕ ਸਿਆਣੇ ਹੋ ਗਏ ਉਹਨ ਲੋਕ ਸਮਝ ਗਏ ਹੋਣ ਕਿ ਇਸੇ ਤਰ੍ਹਾਂ 5-5 ਸਾਲ ਜਿਹੜਾ ਉਹ ਰਾਜ ਕਰਦੀਆਂ ਸਰਕਾਰਾਂ ਜਿਹੜੀਆਂ ਲਗਾਤਾਰ ਇਸ ਤਰ੍ਹਾਂ ਲੁੱਟਦੀਆਂ ਕੁੱਟਦੀਆਂ ਨੇ ਤੇ ਸਮਝਣਾ ਪੈਣਾ ਸ਼ਾਇਦ ਇਸ ਗੱਲ ਨੂੰ ਵੀ ਕਿ ਇਹ ਨਾ ਹੋਵੇ ਕਿ ਇਸ ਵਾਰ ਵੀ 2022 ਦੀ ਵੋਟਾਂ ਜਿਹੜੀਆਂ ਉਹ ਭਾਵੁਕਤਾ ਦੇ ਆਧਾਰ ਤੇ ਕੋਈ ਇੱਧਰ ਦੇ ਰਿਹਾ ਕੋਈ ਉੱਧਰ ਦੇ ਰਿਹਾ ਪ੍ਰਮਿੰਦਰ ਜੀ ਅਗਲੀ ਗੱਲ ਕਿਸਾਨੀ ਅੰਦੋਲਨ ਦੀ ਅੱਜ ਕਿਸਾਨ ਜਿਹੜਾ ਲੋਕਤੰਤਰ ਬਚਾਓ ਖੇਤੀ ਬਚਾਓ ਕਿਸਾਨੀ ਬਚਾਓ ਦਾ ਨਾਅਰਾ ਲੈ ਕੇ ਚੰਡੀਗੜ੍ਹ ਦਾ ਹਸਤਾਨੀ ਜਾਂ ਵੱਖ-ਵੱਖ ਥਾਵਾਂ ਤੇ ਰਾਜਪਾਲਾਂ ਨੂੰ ਮੰਗ ਪੱਤਰ ਸੌਂਪ ਰਹੇ ਨੇ ਇਹਨੂੰ ਸਾਰੇ ਨੂੰ ਕਿਦਾਂ ਦੇਖਦੇ ਹੋ ਕਿ ਕਿਸਾਨਾਂ ਦੀ ਲੀਡਰਸ਼ਿਪ ਜਿਹੜੀ ਹੈ ਉਹਨੂੰ ਅੱਜ ਵੀ ਤੋਮਰ ਸਾਹਿਬ ਦੇ ਬਿਆਨ ਆ ਰਹੇ ਨੇ ਕਿ ਅਸੀਂ ਗੱਲਬਾਤ ਕਰਨ ਲਈ ਤਿਆਰ ਹਾਂ ਤਜਵੀਜ਼ ਦਿਓ ਉਹ ਹੀ ਤੋਤਾ ਰਟਾ ਲਾ ਰਹੇ ਨੇ ਤੇ ਇੱਧਰਲੇ ਪਾਸੇ ਕਿਸਾਨ ਜਿਹੜੇ ਨੇ ਉਹ ਆਪਣੀ ਚੜ੍ਹਾਈ ਲਗਾਤਾਰ ਕਰ ਦਾ ਸਮਾਂ ਲਾ ਲੋ ਕਿ ਹੁਣ ਹੋ ਚੁੱਕਿਆ ਦੇਖੋ ਇਹ ਜ਼ਰੂਰੀ ਸੀਗਾ ਹੁਣ ਇਹ ਜਿਹੜਾ ਅ ਅੱਜ ਕਿਸਾਨਾਂ ਦਾ ਇੱਕ ਵੱਡਾ ਹੰਬੜਾ ਕਹ ਲੋ ਇੱਕ ਮਾਰਿਆ ਉਹਨਾਂ ਨੇ ਇਹ ਵੀ ਰਿਹੈਸਲ ਦੇ ਤੌਰ ਤੇ ਦੇਖ ਲੋ ਜਿਵੇਂ ਪਿਛਲੇ ਦਿਨੀ ਟਕਾਇਤ ਦਾ ਬਿਆਨ ਆਇਆ ਸੀਗਾ ਅੱਜ ਵੀ ਬਿਆਨ ਲੱਗਿਆ ਹੋਇਆ ਖਵਾਰਾਂ ਚ ਕਾ ਵੀ ਕਿ ਜੇ ਸਰਕਾਰ ਨਰਮ ਨਾ ਹੋਈ ਜਾਂ ਗੱਲਬਾਤ ਲਈ ਤਿਆਰ ਨਾ ਹੋਈ ਨਾ ਮੰਨੀ ਇਹਨਾਂ ਕਾਨੂੰਨਾਂ ਨੂੰ ਵਾਪਸ ਲੈਣ ਲਈ ਤਾਂ ਅਗਲਾ ਕਦਮ ਜਿਹੜਾ ਉਹ ਚੱਕਿਆ ਜਾਊਗਾ ਸੋ ਜਿਹੜੀ ਜਿਹੜੀ ਲਗਾਤਾਰ ਭੀੜ ਘਟੀ ਸੀ ਨਾ ਕਰੋਨਾ ਕਰਕੇ ਜਾਂ ਖੇਤੀ ਨਾਲ ਜਿਹੜੇ ਕੰਮ ਨੇ ਉਹਨਾਂ ਦੇ ਵਿੱਚ ਰੁਝੇ ਹੋਣ ਕਰਕੇ ਕਿਸਾਨਾਂ ਦੀ ਤਾਂ ਉਹ ਸਰਕਾਰ ਦਾ ਬਹਿਮ ਨਿਕਲਿਆ ਅੱਜ ਚੰਡੀਗੜ੍ਹ ਤੇ ਪੰਜਕੂਲਾ ਵਾਲੇ ਪਾਸੇ ਹਰਿਆਣਾ ਦੇ ਪਾਸੇ ਤੇ ਉੱਥੇ ਬੜੀ ਰਸਤੇ 'ਚ ਵੀ ਦੇਖਿਆ ਅੱਜ ਬੱਸਾਂ ਵਗੈਰਾ ਭਰ ਕੇ ਗਈਆਂ ਨੇ ਤੇ ਬਹੁਤ ਸਾਰੇ ਕਿਸਾਨ ਲਗਾਤਾਰ ਇਕੱਠ ਵਾਧਾ ਗਿਆ ਉੱਥੇ ਵਾਧਾ ਜਾ ਰਿਹਾ ਸੋ ਉਹ ਜਿਹੜਾ ਇਕੱਠ ਜਿੰਨਾ ਕੋ ਇਹਨਾਂ ਨੂੰ ਪਹਿਲਾਂ ਬਲੇਖਾ ਸੀਗਾ ਸੈਂਟਰ ਗਵਰਨਮੈਂਟ ਨੂੰ ਕਿ ਸ਼ਾਇਦ ਇਹ ਹੁਣ ਘਟ ਗਿਆ ਕਿੰਨਾ ਕੁ ਲੰਮਾ ਜਾਏਗਾ ਹੋਰ ਸੰਘਰਸ਼ ਵੀ ਹੁਣ ਲੋਕ ਪਿੱਛੇ ਹਟਨੇ ਸ਼ੁਰੂ ਹੋ ਗਏ ਹੁਣ ਇਹ ਉਹ ਹੀ ਖਤਮ ਹੋ ਜਾਏਗਾ ਤਾਂ ਉਹਦੇ ਵਿੱਚ ਇਹੀ ਗੱਲ ਸਾਹਮਣੇ ਆਈ ਅੱਜ ਚੰਡੀਗੜ੍ਹ ਦਾ ਤੇ ਪੰਜਕੂਲਾ ਦਾ ਇਕੱਠ ਦੇਖ ਕੇ ਕਿ ਭਾਈ ਜਿਹੜਾ ਇਕੱਠ ਹੈ ਉਹ ਘਟਿਆ ਨਹੀਂ ਉਹ ਦੂਣਾ ਸਵਾਇਆ ਹੁੰਦਾ ਜਾ ਰਿਹਾ ਔਰ ਜਿਹੜੀ ਤਕਾਇਤ ਦੀ ਕੱਲ ਦੀ ਬਿਆਨਬਾਜ਼ੀ ਸੀ ਕਿ 5 ਲੱਖ ਟਰੈਕਟਰ 25 ਲੱਖ ਲੋਕ ਚਾਰ ਬੈਠਣੇ ਦਿਖਾ ਦਾਂਗੇ ਜਦੋਂ ਪੀੜ ਦਿਖਾਉਣੀ ਹੋਈ ਤੇ ਉਹ ਅੱਜ ਸਾਬਤ ਵੀ ਹੋ ਗਿਆ ਸੋ ਇਹਨਾਂ ਚੀਜ਼ਾਂ ਤੋਂ ਇਹ ਲਗਾਤਾਰ ਵੱੱਦੇ ਇਕੱਠ ਨੂੰ ਹੋਰ ਦੇਖ ਕੇ ਦਬਾਅ ਬਣਦਾ ਕਿਉਂਕਿ ਅੱਗੇ ਚੋਣਾ ਦੇਖੋ ਤੁਸੀਂ ਦੇਖ ਰਹੇ ਆ ਲਗਾਤਾਰ ਬਿਆਨਬਾਜ਼ੀ ਵੀ ਹੋ ਰਹੀ ਹੈ ਕਿ ਯੂਪੀ ਔਰ ਉੱਤਰਾਖੰਡ ਤੇ ਪੰਜਾਬ ਦੇ ਵਿੱਚ ਵੀ ਛੁਣਾ ਰਹੀਆਂ ਨੇ ਪੰਜਾਬ ਦੇ ਵਿੱਚ ਤਾਂ ਖੈਰ ਪਤਾ ਹੀ ਐ ਤੁਹਾਨੂੰ ਕੀ ਹਾਲਤ ਹੋ ਰਹੀ ਹੈ ਭਾਜਪਾ ਗੂਆਂ ਦੀ ਤੇ ਉੱਤਰਾਖੰਡ ਤੇ ਯੂਪੀ ਬੜਾ ਮੇਨ ਹੈਗਾ ਨਾ ਵਾਸਤੇ ਜੋ ਪੱਛਮੀ ਬੰਗਾਲ ਦੀ ਹਾਰ ਤੋਂ ਬਾਅਦ ਤਾਂ ਯੂਪੀ ਵਾਲੇ ਪਾਸੇ ਮੂੰਹ ਕਰਨਾ ਇਹਨਾਂ ਨੇ ਭਾਜਪਾ ਨੇ ਤਾਂ ਉੱਥੇ ਕਿਸਾਨ ਜਾਣ ਦਾ ਚੇਤਾਵਨੀ ਦੇ ਰਹੇ ਨੇ ਕਿ ਅਸੀਂ ਭਾਜਪਾ ਦੇ ਬੁੱਧ ਭੁਗਤਾਂਗੇ ਹਾਂ ਜ ਐਮਰਜੈਂਸੀ ਨੂੰ ਵੀ 6 ਸਾਲ ਹੋ ਗਏ 46 ਸਾਲ 1975 ਜਿਹੜੀ ਲਾਈ ਸੀ ਇੰਦਰਾ ਗਾਂਧੀ ਨੂੰ ਲੈ ਕੇ ਅੱਜ ਵੀ ਸਵਾਲ ਜਿਹੜੇ ਉੱਠ ਰਹੇ ਨੇ ਮੋਦੀ ਸਾਹਿਬ ਵੀ ਕਹਿੰਦੇ ਬੜਾ ਕੁਝ ਕਹਿ ਗਿਆ ਐਮਰਜੈਂਸੀ ਤੇ ਪਰ ਚਰਚਾ ਜਿਹੜੀ ਹੈ ਮੀਡੀਆ ਦੇ ਵਿੱਚ ਹੋ ਰਹੀ ਹੈ ਐਮਰਜੈਂਸੀ ਅਤੇ ਅਣ ਐਲਾਨੀ ਐਮਰਜੈਂਸੀ ਲੈ ਕੇ ਕਿ ਮੌਜੂਦਾ ਹਾਲਾਤ ਕੀ ਨੇ ਹਾਲਾਤ ਤਾਂ ਜਿਵੇਂ ਹੁਣ ਅਣ ਐਲਾਨੀ ਐਮਰਜੈਂਸੀ ਇਹ ਤਾਂ ਹੈ ਹੀ ਹੈ ਨਾ ਉਦੋਂ ਪਹਿਲਾਨੀ ਸੀਗੀ ਹੂੰ 75 ਤੋਂ 77 ਜਿਹੜਾ ਚੱਲਿਆ ਆ ਪੱਕਾ ਮਿਆਦਾ ਵੀ ਭੁਗਤਿਆ ਉਹ ਖਮਿਆਦਾ ਵੀ ਭੁਗਤਿਆ ਸਰਕਾਰ ਡਿੱਗੀ ਹੂੰ ਤੇ ਉਹ ਹੁਣ ਵੀ ਹੁਣ ਕਿਹੜਾ ਹੁਣ ਦੇਖਿਆ ਨੇ ਤੁਸੀਂ ਹੁਣ ਸਾਰਾ ਕੁਝ ਹੋ ਰਿਹਾ ਜਿਹੜੇ ਸਹਿਮਤੀ ਪ੍ਰਗਟ ਕਰ ਰਹੇ ਨੇ ਸਰਕਾਰ ਨਾਲ ਉਹ ਚਾਹੇ ਉਹ ਪੱਤਰਕਾਰ ਨੇ ਚਾਹੇ ਵਿਦਿਆਰਥੀ ਆ ਗੁਣਸ਼ਾਰੇ ਇਹਨੂੰ ਚੱਕ ਚੱਕ ਕੇ ਅੰਦਰ ਦਿੱਤਾ ਜਾ ਰਿਹਾ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਦੇਖਿਆ ਕਾਨੂੰਨੀ ਸਿਕੰਜਾ ਕਸਿਆ ਜਾ ਰਿਹਾ ਠੀਕ ਹੈ ਸੰਵਿਧਾਨਕ ਜਿਹੜੇ ਹੋਣੇ ਏਜੰਸੀਆਂ ਨੇ ਜਾਂ ਸੰਵਿਧਾਨਕ ਜਿਹੜੀਆਂ ਪਰੰਪਰਾ ਮਾਣੇ ਉਹਨਾਂ ਨੂੰ ਆਪਣੇ ਕੰਟਰੋਲ 'ਚ ਕਰਿਆ ਜਾ ਰਿਹਾ ਹੈ ਪ੍ਰਸ਼ਾਸਨ ਨੂੰ ਆਪਣੇ ਕੰਟਰੋਲ 'ਚ ਪੁਲਿਸ ਨੂੰ ਆਪਣੇ ਕੰਟਰੋਲ 'ਚ ਕਰਕੇ ਗੱਲਬਾਤ ਕੀਤੀ ਜਾ ਰਹੀ ਹੈ ਤੇ ਉਹ ਸਾਰੀਆਂ ਚੀਜ਼ਾਂ ਇੱਕ ਅਣਾਨੀ ਐਮਰਜੈਂਸੀ ਹੀ ਦੱਸੇ ਰਹੀਆਂ ਨੇ ਕਿ ਹੋ ਰਹੀ ਹੈ ਤੇ ਉਹ ਉਹਦੇ ਤਹਿਤ ਹੁਣ ਬੋਲਣਾ ਦਾ ਪਿਆ ਹੀ ਰਿਹਾ ਨਾ ਲੋਕਾਂ ਲੋਕ ਜਿਹੜਾ ਬੋਲ ਰਿਹਾ ਉਹਨੂੰ ਅੰਦਰ ਜਾ ਕੇ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਐਮਰਜੈਂਸੀ ਹੋਈ ਹੈ ਤੇ ਇਹਦਾ ਆਉਣ ਵਾਲੇ ਦਿਨਾਂ 'ਚ ਖਮਾ ਜਾਵੇ ਪੁਗਤਣਾ ਹੀ ਪਏਗਾ ਜੇ ਜੇ ਹੁਣ ਚੋਣਾ ਨੇੜੇ ਹੁੰਦੀਆਂ ਤਾਂ ਹੁਣ ਹੀ ਪਤਾ ਲੱਗ ਜਾਂਦਾ ਉਹਨਾਂ ਨੂੰ ਪਰ ਥੋੜਾ ਜਾ ਚੋਣਾ ਦੇ ਵਿੱਚ ਵੱਖパ ਹੈ 2024 ਤੱਕ ਦਾ ਜਿਹੜਾ ਸੈਂਟਰ ਗਵਰਨਮੈਂਟ ਦਾ ਹੁੰਦਾ ਹੈ ਟਰਮ ਹੁੰਦੀ ਹੈ ਪੂਰੀ ਹੁੰਦੀ ਹੈ ਤਾਂ ਉਹਦੇ ਵਿੱਚ ਇਹਨਾਂ ਨੂੰ ਪਤਾ ਲੱਗੇਗਾ ਕਿ ਲੋਕ ਔਰ ਜਿਹੜੇ ਜਿਨ੍ਹਾਂ ਨੂੰ ਇਹ ਅੱਤਵਾਦ ਜ ਜਿਨ੍ਹਾਂ ਨੂੰ ਇਹ ਨਕਸਲੀ ਜਾਂ ਇਹਨਾਂ ਜਿਨ੍ਹਾਂ ਨੂੰ ਕਹਿੰਦੇ ਨੇ ਕਿ ਇਹ ਦੇਸ਼த்ਰੋਹੀ ਨੇ ਉਹ ਸਿਰਫ ਦੇਸ਼த்ਰੋਹੀ ਦੇ ਵਿੱਚ ਕੋਈ ਐ ਥੋੜੀ ਹੈ ਕਿ ਦੇਸ਼ ਦੇ ਪ੍ਰਤੀ ਕੋਈ ਉਹਨਾਂ ਨੇ ਇਦਾਂ ਦੀ ਕਾਰਵਾਈ ਕਰਤੀ ਕਿ ਦੇਸ਼ ਦੀ ਅਖੰਡਤਾ ਨੂੰ ਜਾਂ ਦੇਸ਼ ਦੀ ਕੋਈ ਕਿਸੇ ਸਰਹੱਦ ਨੂੰ ਜਾਂ ਕੁਝ ਹੋਰ ਇਦਾਂ ਦਾ ਖਤਰਾ ਪੈਦਾ ਹੋ ਗਿਆ ਉਹ ਸਿਰਫ ਸਰਕਾਰ ਨਾਲ ਸਹਿਮਤੀ ਪ੍ਰਗਟ ਕਰਦੇ ਵੀ ਅਸੀਂ ਸਹਿਮਤ ਨਹੀਂ ਹੈਗੇ ਇਸ ਨੀਤੀ ਨਾਲ ਤੇ ਉਹਨਾਂ ਨੂੰ ਇਦਾਂ ਦੇ ਗੰਭੀਰ ਦੋਸ਼ ਲਾ ਕੇ ਅੰਦਰ ਧੱਕ ਦਿਆ ਜਾ ਰਿਹਾ ਤਾਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਪਤਾ ਲੱਗੇਗਾ ਕਿ ਕਿਨਾ ਕਿਨਾ ਨੂੰ ਇਹਨਾਂ ਦੋਸ਼ਾਂ ਦੇ ਅੰਦਰ ਥੱਲੇ ਤੁਸੀਂ ਅੰਦਰ ਕਰੋਗੇ ਜਿਹੜਾ ਧੱਕੋਂਗੇ ਅਜੇ ਮੌਦ ਦੇ ਵਿੱਚ ਆਲੇ ਜਿਹੜੀ ਉਹ ਸੰਗੀ ਢਾਂਚੇ ਦੀ ਵੀ ਚਰਚਾ ਹੋ ਰਹੀ ਹੈ ਸਰਦ ਪਵਾਰ ਹੋਣੀ ਕਹਿੰਦੇ ਕਿ ਅਸੀਂ ਜਿਹੜੀਆਂ ਮੀਟਿੰਗਾਂ ਚੱਲ ਰਹੀਆਂ ਕਹਿੰਦੇ ਕਿਸਾਨਾਂ ਨੂੰ ਅਸੀਂ ਜਿਹੜਾ ਹਮਾਇਤ ਦੇਣੀ ਹੈ ਇਸ ਕਰਕੇ ਚੱਲ ਰਹੀਆਂ ਪਰ ਅੰਦਰ ਖਾਤੇ ਤੇ ਚੱਲ ਰਿਹਾ ਨਾ ਕਿ ਜਿਹੜੇ ਜਿੰਨਿਆਂ ਵੀ ਧਿਰਾਂ ਇਕੱਠੀਆਂ ਹੋ ਰਹੀਆਂ ਐ ਸ਼ਿਵ ਸੈਨਾ ਹੋ ਗਈ ਐ ਐਨਸੀਪੀ ਹੋ ਗਈ ਤੇ ਕਾਂਗਰਸ ਹੋ ਗਈ ਜਾਂ ਤ੍ਰੇਣਮੁਲ ਕਾਂਗਰਸ ਹੋ ਗਈ ਇਹ ਸਾਰੀਆਂ ਇੱਕ ਸੰਗੀ ਢਾਂਚੇ ਦੇ ਵੱਲ ਵੱਧ ਰਹੀਆਂ ਨੇ ਕਿ ਉਸ ਪਾਸੇ ਨੂੰ ਵਧਿਆ ਜਾਵੇ ਤਾਂ ਹੀ ਜਿਹੜਾ ਉਹ ਟੱਕਰ ਲਈ ਜਾ ਸਕਦੀ ਹੈ ਕੇਂਦਰ ਦੇ ਨਾਲ ਹੋਣਾ ਤਾਂ ਪੈਣਾ ਹੀ ਹੈ ਇਕੱਠੇ ਤਾਂ ਹੋਣਾ ਪੈਣਾ ਜੇ ਸੱਚੀ ਮੋੱਚੀ ਦੇ ਲੋਕਾਂ ਦੀ ਰਾਏ ਤੁਸੀਂ ਜਾਣੋਗੇ ਜਾਂ ਲੋਕਾਂ ਦੀ ਗੱਲ ਕਰੋਗੇ ਤਾਂ ਤੁਹਾਨੂੰ ਏਕਤਾ ਕਰਨੀ ਪਵੇਗੀ ਜੇ ਤੁਸੀਂ ਨਹੀਂ ਕਰੋਗੇ ਐ ਤੁਹਾਡੀ ਵੰਡੀਆਂ ਇਹਨਾਂ ਦੀਆਂ ਵੰਡੀਆਂ ਪੰਜਾਂ ਦਾ ਹੀ ਫਾਇਦਾ ਲਿਆ ਜਾ ਰਿਹਾ ਹੈ ਭਾਜਪਾ ਵੱਲੋਂ ਇਹਨਾਂ ਦੀਆਂ ਪੰਜਾਂ ਵੰਡੀਆਂ ਕਾਰਨ ਹੀ ਭਾਜਪਾ ਸੱਤਾ ਚ ਆਉਂਦੀ ਹੈ ਆਦਰਵਾਇਜ਼ ਭਾਜਪਾ ਕੋਲ ਇੰਨੀ ਪਾਵਰ ਨਹੀਂ ਹੈ ਵੀ ਇਕੱਲੇ ਕਰ ਰਹੇ ਉਹ ਸਾਰਾ ਕੁਝ ਐ ਕਰ ਲਵੇ ਇੱਕ ਪਾਸੇ ਗਰੁੱਪਾਂ ਦੇ ਗਰੁੱਪ ਖੜੇ ਹੋਣਗੇ ਉਹਨਾਂ ਦਾ ਆਪਦਾ ਵੋਟ ਬੈਂਕ ਹੈ ਆਪਣੀ ਪਾਵਰ ਹੈ ਆਪਣੀਆਂ ਸਟੇਟਸ ਨੇ ਆਪਦੀ ਉਹਨਾਂ ਦੇ ਵਿੱਚ ਸਰਕਾਰਾਂ ਨੇ ਤੇ ਜੇ ਉਹ ਦੇਖੋ ਕਾਂਗਰਸ ਪਹਿਲਾਂ ਇੱਕ ਵੱਡਾ ਗਰੁੱਪ ਬਣ ਕੇ ਵੱਡਾ ਅਲਾਇੰਸ ਦੇ ਤੌਰ ਤੇ ਭਾਜਪਾ ਨੂੰ ਟੱਕਰ ਦਿੰਦੀ ਸੀ ਇਹ ਵੀ ਅਲਾਇੰਸ ਹੈ ਵੱਡਾ ਅਲਾਇੰਸ ਹੈ ਤਾਂ ਇਹ ਇਸ ਨੂੰ ਟੱਕਰ ਦੇਣ ਦੇ ਵਿੱਚ ਉਹ ਕਾਮਯਾਬ ਹੁੰਦੀ ਸੀ ਲੇਕਿਨ ਕਿਤੇ ਨਾ ਕਿਤੇ ਕਾਂਗਰਸ ਆਪਣੇ ਅੰਦਰੂਨੀ ਖਾਨਾ ਜੰਗੀ ਜਾ ਗਏ ਲੋਕ ਕਿ ਕੋਈ ਸੋਲਿਡ ਪ੍ਰਧਾਨ ਨੂੰ ਪੇਸ਼ ਨਾ ਕਰਨ ਕਰਕੇ ਉਹ ਖਿੰਡ ਪੁੰਡ ਗਈ ਹੈ ਉਹ ਉਹ ਉਹਨਾਂ ਦੇ ਜਿਹੜੇ ਆਗੂ ਨੇ ਉਹ ਆਪਣਾ ਰਾਹ ਤਲਾਸ਼ਣ ਲੱਗ ਗਿਆ ਬਣਾ ਭਵਿੱਖ ਕਿਤੇ ਹੋਰ ਦੇਖਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਜੇ ਕਿਤੇ ਇਕੱਠਾ ਹੋ ਜੇ ਇੱਕ ਵੱਡਾ ਹੋਰ ਅਲਾਈਅንስ ਨਾਲ ਤਿਆਰ ਕਰ ਲਿਆ ਜਾਵੇ ਤਾਂ ਕਿਤੇ ਨਾ ਕਿਤੇ ਭਾਜਪਾ ਦੇ ਅਲਾਈਅንስ ਨੂੰ ਉਹ ਟੱਕਰ ਦੇ ਸਕਦਾ ਹੈ ਤੇ ਉਸੇ ਏਕਤਾ ਕਰਕੇ ਹੀ ਭਾਜਪਾ ਨੂੰ ਕਿਤੇ ਨਾ ਕਿਤੇ ਹਾਰ ਦੇਖਣ ਹਾਰ ਦਾ ਮੂੰਹ ਦੇਖਣਾ ਪਊਗਾ ਅਦਰਵਾਇਜ਼ ਜਿਹੜਾ ਭਾਜਪਾ ਹੈ ਇਹਨਾਂ ਦਾ ਇਹਨਾਂ ਦੀ ਵੰਡ ਦਾ ਇਹਨਾਂ ਦੀ ਆਪਸ ਵਿੱਚ ਖੰਡੇ-ਮੁੰਡੇ ਹੋਣ ਕਰਕੇ ਫੇਰ ਸੱਤਾ ਦੇ ਵਿੱਚ ਆਉਣ ਲਈ ਤਿਆਰ ਬੈਠੀ ਹੈ ਤੇ ਉਹਨੂੰ ਹਰਾਉਣਾ ਕੋਈ ਮੁਸ਼ਕਲ ਹਾਂਦਾ ਕਿ ਜਿਹੜੀ ਬੰਡ ਦੀ ਗੱਲ ਆਪਾਂ ਕਰਦੇ ਆ ਕਾਂਗਰਸ ਦੇ ਹੀ ਹਾਲਾਤ ਪੰਜਾਬ ਵਿੱਚ ਬਣੇ ਹੋਏ ਨੇ ਹਾਲੇ ਤੱਕ ਇਹ ਨਹੀਂ ਸਮੇਟਿਆ ਜਾ ਰਿਹਾ ਬਾਕੀ ਤਾਂ ਹੋਰ ਕਿਤੇ ਇਹਨਾਂ ਨੇ ਦੇਸ਼ ਨੂੰ ਤਾਂ ਕਿੱਥੇ ਸਮੇਟਣਾ ਦੇਖੋ ਕੁਰਸੀ ਦੀ ਲੜਾਈ ਹੈ ਲੜਾਈ ਹੀ ਕੁਰਸੀ ਦੀ ਆ ਜੇ ਆਪਾਂ ਹੁਣ ਸਿੱਧੂ ਦੀ ਗੱਲ ਕਰਦੇ ਤਾਂ ਸਿੱਧੂ ਦੀ ਗੱਲ ਕਰਨ ਨਾਲ ਉਹ ਜਿਹੜਾ ਮਸਲ ਜਿਹੜੇ ਮਸਲੇ ਉਹ ਲੈ ਕੇ ਆ ਰਿਹਾ ਹੁਣ ਲੈ ਕੇ ਆ ਰਿਹਾ ਤਾਂ ਪਹਿਲਾਂ ਕਿਸੇ ਹੋਰ ਪਾਰਟੀ ਦੇ ਵਿੱਚ ਵੀ ਤਾਂ ਹੈਗਾ ਸੀ ਉਦੋਂ ਇਹ ਗਲੇਸ਼ ਕਾਟੋ ਕੋਲਿਸ ਕਿਉਂ ਨਹੀਂ ਪਿਆ ਹਮ ਇੱਥੇ ਆ ਕੇ ਹੁਣ ਜੋ ਰਾਹੁਲ ਮੇਰੇ ਨਾਲ ਜੀ 60 ਵਾਰ ਕਹਿੰਦਾ ਪ੍ਰਸ਼ਾਂਤ ਕੁਸ਼ੋਰ ਨਾਲ ਮੁਲਾਕਾਤ ਕੀਤੀ ਤਾਂ ਕਾਂਗਰਸ ਚ ਆਏ ਆ ਕੋਈ ਪ੍ਰਸ਼ਾਦ ਕਸੂਰ ਕਰਕੇ ਥੋੜੀ ਨਹੀਂ ਨਹੀਂ ਉਹ ਕਹਿੰਦੇ ਅਸੀਂ ਆਵਾਜ਼ ਤਾਂ ਚੁੱਕਦੇ ਰਹੇ ਹਾਂ ਉਦੋਂ ਬਾਦਲਾਂ ਦੇ ਕਰਕੇ ਭਾਈਪਾ ਨਾਲੋਂ ਵੱਖਰੇ ਹੋਏ ਸੀ ਨਾ ਉਦੋਂ ਨਹੀਂ ਸੀ ਕਹਿੰਦੇ ਸਾਨੂੰ ਅੱਗੇ ਲੱਗਣ ਦਿੰਦੇ ਨਹੀਂ ਆਵਾਜ਼ ਚੱਕਣ ਨਾਲ ਕੀ ਹੁੰਦਾ ਕੌਣ ਆਵਾਜ਼ ਤੁਸੀਂ ਸੱਤਾ ਦੇ ਵਿੱਚ ਤੁਸੀਂ ਹੋ ਜੇ ਤੂੰ ਥੋੜੀ ਆਵਾਜ਼ ਨਹੀਂ ਸੁਣੀ ਜਾਂਦੀ ਤੁਸੀਂ ਲਾਂਬੇ ਹੋ ਜਾਓ ਕਿਸੇ ਹੋਰ ਨੂੰ ਮੌਕਾ ਦੇ ਦਿਓ ਲਾਂਬੇ ਹੋ ਕੇ ਤਾਂ ਹੀ ਕਾਂਗਰਸ ਚ ਆਗੇ ਸੀ ਤਾਂ ਫਿਰ ਸੱਤਾ ਭਾਣ ਰਹੇ ਨਾ ਸੱਤਾ ਦੇ ਵਿੱਚ ਫੇਰ ਬੈਠੇ ਫੇਰ ਨਹੀਂ ਸੁਣੀ ਹੁਣ ਸੱਤਾ ਤੋਂ ਬਿਨਾਂ ਹੁਣ ਕੀ ਦੀ ਸੁਣੀ ਜਾਊਗੀ ਇਹ ਵੀ ਗੱਲ ਸਵਾਲ ਇਹੀ ਖੜਾ ਹੁੰਦਾ ਨਾ ਕਿ ਸੱਤਾ ਦੇ ਵਿੱਚ ਰਹਿੰਦੇ ਆ ਜੇ ਸੱਤਾਧਾਰੀਆਂ ਦੀ ਨਹੀਂ ਸੁਣੀ ਜਾਂਦੀ ਉਹਨਾਂ ਦੀਆਂ ਸਰਕਾਰਾਂ ਉਹਨਾਂ ਦੀ ਨਹੀਂ ਸੁਣਦੀਆਂ ਲੋਕਾਂ ਨੇ ਚੁਣੇ ਹੋਏ ਨੁਮਾਇੰਦਿਆਂ ਨੂੰ ਅੱਗੇ ਲੱਗਣ ਦਿੰਦੇ ਆ ਫੇਰ ਕੀ ਫਾਇਦਾ ਫੇਰ ਮੈਂ ਉਹੀ ਗੱਲ ਕਰਦਾ ਜਦੋਂ ਕਮਾਂਡ ਉੱਪਰ ਹੈ ਹੂੰ ਜਦ ਤੱਕ ਕਮਾਂਡ ਆਪਣੀ ਲੈਣ ਹੂੰ ਉਹੀ ਗੱਲ ਮੈਂ ਪਹਿਲਾਂ ਵੀ ਕਰਦਾ ਕਿ ਜਦੋਂ ਹੁਣ 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 ਕਹੀ ਜਾਂਦੇ ਹਾਈ ਕਮਾਂਡ ਫੈਸਲਾ ਕਰੇਗੀ ਜੇ ਹਾਈ ਕਮਾਂਡ ਨੇ ਫੈਸਲਾ ਕਰਨਾ ਹੈ ਤਾਂ ਉਹ ਕਦਾਂ ਇੱਕ ਕਦੋਂ ਕਹੇਗੀ ਤੁਸੀਂ ਖੁਦ ਮੁਖਤਿਆਰ ਹੋ ਕੇ ਆਪਣੇ ਫੈਸਲੇ ਆਪ ਲਓ ਹੂੰ ਜੇ ਤੁਹਾਡੇ ਉੱਪਰ ਸੁਖਵੀਰ ਤੇ ਪ੍ਰਕਾਸ਼ ਸਿੰਘ ਬਾਦਲ ਵਰਗੇ ਬੈਠੇ ਸੀ ਜਾਂ ਭਾਜਪਾ ਦੇ ਮੋਦੀ ਵਰਗੇ ਬੈਠੇ ਸੀ ਤਾਂ ਨੋਦੋ ਨੱਪ ਕੇ ਰੱਖੀ ਠੀਕ ਹੈ ਤੁਹਾਨੂੰ ਨਾ ਅਧਿਕਾਰ ਦਿਆ ਨਾ ਬੋਲਣ ਦਾ ਅਧਿਕਾਰ ਦਿਆ ਨਾ ਤੁਹਾਡੀ ਸੁਣੀ ਸੁਣੀ ਕਿਸੇ ਨੇ ਨਾ ਤੁਹਾਡੇ ਕਿਸੇ ਤੋਂ ਕਾਰਵਾਈ ਹੋਈ ਹੁਣ ਕਾਂਗਰਸ ਚਾਹੇ ਤਾਂ ਉੱਥੇ ਕੈਪਟਨ ਮਨਿੰਦਰ ਬੈਠਾ ਤੇ ਹਾਈ ਕਮਾਂਡ ਬੈਠੀ ਆ ਐਥੇ ਨਹੀਂ ਸੁਣਨੀ ਤੁਹਾਡੀ ਕਿਸੇ ਨੇ ਤਾਂ ਫਿਰ ਤੁਸੀਂ ਤੁਹਾਡੀ ਸੁਣੀ ਕਿੱਥੇ ਜਾਓਗੇ ਤੁਸੀਂ ਪੱਲਾ ਝਾੜੋ ਲੱਗ ਆਓ ਆਪਣੀ ਕਮਾਂਡ ਆਪਣੇ ਹੱਥ ਲਓ ਜੇ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਇਹ ਕਰਨਾ ਹੈ ਵੇਟ ਕਿਸ ਚੀਜ਼ ਦੀ ਕਰ ਰਹੇ ਨੇ ਬੈਠ ਕੇ ਤਨਖਾਹ ਟਨ ਹੋਲੈਂਡ ਦੀ ਵੇਟ ਕਰ ਰਹੇ ਨੇ ਪੱਤੇ ਲੈਣ ਦੀ ਵੇਟ ਕਰ ਰਹੇ ਨੇ ਜਾਂ ਕੋਈ ਹੋਰ ਕਾਰਨ ਹੂੰ ਪਤਾ ਹੈ ਜਦੋਂ ਹਾਈ ਕਮਾਂਡ ਦੇ ਕਰਨਾ ਹੈ ਆਰਡਰ ਕਰਨਾ ਹੈ ਮੰਨੀ ਉਹਦੀ ਜਾਣੀ ਹੈ ਤੁਸੀਂ ਉਹ ਤੋਂ ਬਿਨਾ ਹਿੱਲ ਨਹੀਂ ਸਕਦੇ ਪਰ ਤੁਸੀਂ ਵੇਟ ਕਿਉਂ ਕਰ ਰਹੇ ਹੋ ਹਾਈ ਕਮਾਂਡ ਆਇਆ ਕਿ ਆਮ ਆਦਮੀ ਪਾਰਟੀ ਚਲੇ ਜਾਣਗੇ ਤੇ ਕੱਲ ਨੂੰ ਫੇਰ ਕੇਜਰੀਵਾਲ ਦੇ ਅਧੀਨ ਚੱਲਣਾ ਉਹੀ ਗੱਲ ਕਰਦਾ ਕਿ ਆਪ ਹਾਈ ਕਮਾਂਡ ਬਣੋ ਜੇ ਤੁਸੀਂ ਚਲੇ ਜਾਂਦੇ ਹਾਈ ਕਮਾਂਡ ਆਪ ਹਾਈ ਕਮਾਂਡ ਬਣੋ ਆਪ ਪਾਵਰ ਆਪਣੇ ਹੱਥ ਚ ਲਓ ਫੇਰ ਤਾਂ ਸਵਾਦ ਵੀ ਹੈ ਫੇਰ ਗੱਲ ਕਰਨ ਦਾ ਤੇ ਕੰਮ ਵੀ ਹੋਣ ਦੀ ਆਸ ਰੱਖੀ ਜਾਂਦੀ ਹੈ ਫੇਰ ਲੋਕ ਵੀ ਸਭ ਕੁਝ ਸਖਾਣਗੇ ਜੇ ਕੰਮ ਨਾ ਹੋਇਆ ਜਿਵੇਂ ਹੋਰਾਂ ਨੂੰ ਸਖਾਣਦੇ ਆਏ ਆ ਤੁਹਾਨੂੰ ਵੀ ਸਖਾਣਗੇ ਪਰ ਐਦਾਂ ਨਹੀਂ ਗੱਲ ਬਣਨੀ ਕਿ ਤੁਸੀਂ ਬੋਲ ਕੇ ਕਹੇ ਤਾਂ ਕਿ ਸੱਤਾ ਚ ਪਾਵਰ ਚ ਆਉਣਾ ਤਾਂ ਪਾਵਰ ਚ ਇਕੱਲੇ ਆਉਣਾ ਪੈਣਾ ਹੈ ਹਾਈ ਕਮਾਂਡ ਬਣਨਾ ਪੈਣਾ ਤੁਹ ਨਹੀਂ ਜਿਹੜੀ ਮਰਜ਼ੀ ਪਾਰਟੀ ਚਲੇ ਜਾਓ ਜਦ ਤੱਕ ਤੁਹਾਡੇ ਉੱਤੇ ਉੱਤੇ ਸੁਪਰੀਮੋ ਬੈਠਾ ਹੈ ਤਾਂ ਤੁਸੀਂ ਉਹਦੇ ਅੰਡਰਟੈੱਕ ਹੀ ਕੰਮ ਕਰੋਗੇ ਕਹਿੰਦੇ ਟਕਸਾਲੀ ਕਾਂਗਰਸੀਆਂ ਨੇ ਵੀ ਬੜਾ ਕੁਝ ਕਿਹਾ ਰਾਹੁਲ ਗਾਂਧੀ ਨੂੰ ਬਥੇਰਾ ਕੁਝ ਕਿਹਾ ਉਹਨਾਂ ਨੇ ਤਾਂ ਕਹਿ ਤਾ ਕਿ ਜਿਹੜਾ ਇਕੋਬੇੜੀ ਚ ਨਹੀਂ ਰਹਿ ਸਕਦੇ ਸਿੱਧੂ ਤੇ ਕਹਿੰਦੇ ਸਿੱਧੂ ਤੇ ਕੈਪਟਨ ਇਹ ਵੀ ਗੱਲ ਕਹਿ ਤੀ ਕਿ ਕੈਪਟਨ ਤੋਂ ਬਿਨਾਂ ਤਾਂ ਸਰਨਾ ਨਹੀਂ ਸਿੱਧੂ ਨੂੰ ਡੈਸਟ ਕਰਨਾ ਤੁਹਾਡੀ ਜ਼ਿੰਮੇਵਾਰੀ ਆ ਸਿੱਧੂ ਨੂੰ ਰਜਿਸਟਰ ਕਰੋ ਤੇ ਜਿਵੇਂ ਸਮਸ਼ੇਰ ਦੂਰੋਂ ਤਾਂ ਬੜੇ-ਬੜੇ ਸਵਾਲ ਵੀ ਕੀਤੇ ਆ ਹੋਰ ਕਿ ਹੁਣ ਬਦਲਦਾਂ ਦਾ ਪੱਤਾ ਖੇਡਿਆ ਜਾ ਰਿਹਾ ਉਹ ਕਹਿੰਦਾ ਕਿ ਪਹਿਲਾਂ ਜਦੋਂ 126 ਬੰਦੇ ਮਰੇ ਸੀ ਜਹਰੀ ਲਿਸਰਾਪੀ ਕਿਉਂਦੋਂ ਕਿਉਂ ਨੀ ਕੋਈ ਬੋਲਿਆ ਸਿੱਧੂ ਦਾ ਵੀ ਨਾਮ ਲੈ ਕੇ ਸਭ ਤੋਂ ਵੱਧ ਬੰਦੇ ਉੱਥੇ ਮਰੇ ਸੀ ਉਹਦੋਂ ਸਿੱਧੂ ਕਿਉਂ ਨਹੀਂ ਬੋਲਿਆ ਤੇ ਜਦੋਂ ਭਜਾਦਵੀ ਹੋਈ ਆ ਉਦੋਂ ਸਿੱਧੂ ਕਿਉਂ ਨਹੀਂ ਬੋਲਿਆ ਉਦੋਂ ਵੀ ਪਾਵਰ 'ਚ ਸੀਗਾ ਉਦੋਂ ਬੋਲਣ ਦਾ ਹੁਣ ਗਾਂਗਸ ਚਾ ਕੇ ਬੋਲਦਾ ਤਾਂ ਗੱਲ ਤਾਂ ਹੈ ਕਿ ਆ ਟਕਸਾਲੇ ਵੀ ਚਾਹੁੰਦੇ ਨੇ ਕਿ ਉਹਨਾਂ ਨੂੰ ਸਨਮਾਨ ਮਿਲੇ ਉਹ ਅੱਜ ਗੱਲ ਕਰਕੇ ਟਕਸਾਲੀ ਆਗੂ ਨੂੰ ਉਹ ਕਹਿੰਦੇ ਕਿ ਟਕਸਾਲੀ ਜਿਹੜੇ ਕਾਂਗਰਸ ਹੀ ਨੇ ਸੀਨੀਅਰ ਆਗੂ ਨੇ ਉਹਨਾਂ ਨੂੰ ਸਨਮਾਨ ਮਿਲਣਾ ਚਾਹੀਦਾ ਹੈ ਤੇ ਉਹਨਾਂ ਦਾ ਸਨਮਾਨ ਫਿਰ ਇਹ ਨਾਲ ਦਾ ਕੈਪਟਨ ਵੀ ਆਰ ਹੈ ਉਹ ਵੀ ਸੀਨੀਅਰ ਆ ਹਮ ਮਤਲਬ ਸੇਵਾ ਭਾਵ ਵਾਲੀ ਕੋਈ ਗੱਲ ਨਹੀਂ ਜਦੋਂ ਤੱਕ ਕਾਂਗਰਸ ਦੇ ਵਿੱਚ ਆਸੀਂ ਆਪਣਾ ਜਿਵੇਂ ਤੁਸੀਂ ਕਹ ਰਹੇ ਹੋ ਸਨਮਾਨ ਤਾਂ ਫਿਰ ਪਤਾ ਹੀ ਹੈ ਕਿ ਦੂਜੀ ਭਾਸ਼ਾ ਦਾ ਸਨਮਾਨ ਨੂੰ ਕੀ ਕਹਿੰਦੇ ਨੇ ਪੰਜਾਬ ਵਾਲੀ ਕੋਈ ਗੱਲ ਨਹੀਂ ਗੱਲ ਕੁਰਸੀ ਦੀ ਹੀ ਹੈ ਪਹਿਲਾਂ ਹੀ ਗੱਲ ਕਰ ਰਹੇ ਆਪਾਂ ਕੁਰਸੀ ਦੀ ਗੱਲ ਹੈ ਮੰਨੇ ਨਾ ਮੰਨੇ ਕੋਈ ਚਲੋ ਲੋਕਾਂ ਦੀ ਆਪਣੀ رائے ਹੁੰਦੀ ਹੈ ਪਰ ਇੱਥੇ ਲੜਾਈ ਸਿਰਫ ਕੁਰਸੀ ਦੀ ਹੈ ਕੁਰਸੀ ਨੂੰ ਲੈ ਕੇ ਹੀ ਸਾਰਾ ਕੁਝ ਚੱਲ ਰਿਹਾ ਹੈ ਜੇ ਕੁਰਸੀ ਤੋਂ ਹਟੋਂਗੇ ਤਾਂ ਹਾਈ ਕਮਾਂਡ ਤੁਹਾਨੂੰ ਕਿੱਥੇ ਐਡਜਸਟ ਕਰਦੀ ਹੈ ਕਿੱਥੇ ਨਹੀਂ ਜਾਂ ਦਿੱਲੀ ਜਾਂ ਕਿਤੇ ਹੋਰ ਉਹਰ ਜੋ ਹਾਈ ਕਮਾਂਡ ਦਾ ਫੈਸਲਾ ਉਹ ਲੈਣਾ ਪਊਗਾ ਜੇ ਕਾਂਗਰਸ 'ਚ ਰਹਿਣਾ ਚਾਹੇ ਕਾਲੀ ਰਾਜ 'ਚ ਰਹਿਣਾ ਜਾਂ ਆਮ ਆਦਮੀ ਪਾਰਟੀ ਨਾਲ ਉਹਨਾਂ ਦੇ ਉੱਤੇ ਸੁਪਰੀਮੋ ਬੈਠੇ ਨੇ ਉਹਨਾਂ ਦੀ ਮੰਨਣੀ ਪੈਣੀ ਹੈ ਉਹਨਾਂ ਦੀ ਸੁਣਨੀ ਪੈਣੀ ਹੈ ਉਹਨਾਂ ਦੇ ਅਨੁਸਾਰ ਹੀ ਚੱਲਣਾ ਪੈਣਾ ਹੈ ਬਿਲਕੁਲ ਜੀ ਸ਼ੁਕਰੀਆ ਧੰਨਵਾਦ ਸੋ ਮੇਰੇ ਨਾਲ ਮੌਜੂਦ ਸਨ ਸਿਨੇਪਤਰਕਾਰ ਪਰਮਿੰਦਰ ਸਿੰਘ ਰਾਏਪੁਰ ਖਬਰਾਂ ਟੌਪ ਦੀਆਂ ਦੇ ਵਿੱਚ ਜਿਵੇਂ ਟਕਸਾਲੀ ਕਾਂਗਰਸੀ ਕਹਿੰਦੇ ਨੇ ਕਿ ਸਾਡਾ ਸਨਮਾਨ ਜਿਹੜਾ ਉਹ ਪਾਰਟੀ ਦੇ ਵਿੱਚ ਹੋਣਾ ਚਾਹੀਦਾ ਹੈ ਪਾਰਟੀ ਤੋਂ ਤੱਕਣ ਦੀ ਥਾਂ ਤੇ ਜੇ ਕਿਤੇ ਪੰਜਾਬ ਵੱਲ ਧਿਆਨ ਦੇ ਲੈਣ ਤਾਂ ਲੋਕ ਜਿਹੜਾ ਉਹ ਇਤਿਹਾਸ ਗਵਾਹ ਬਣ ਜਾਂਦਾ ਹੈ ਕਿ ਇਹਨਾਂ ਨੇ ਪੰਜਾਬ ਪ੍ਰਤੀ ਕੋਈ ਸੇਵਾ ਭਾਵਨਾ ਦੇ ਨਾਲ ਪੰਜਾਬ ਪ੍ਰਤੀ ਸਮਰਪਿਤ ਹੋ ਕੇ ਕੰਮ ਕੀਤਾ ਤਾਂ ਲੋਕ ਜਿਹੜਾ ਸਨਮਾਨ ਦਿੰਦੇ ਨੇ ਉਹ ਚੇਤੇ ਰੱਖਿਆ ਜਾਂਦਾ ਹੈ ਬਜਾਏ ਇਸ ਦੇ ਕਿ ਪਾਰ ਕੱਲ ਨੂੰ ਕਾਂਗਰਸ ਦੇ ਵਿੱਚ ਕਿਸ ਤਰ੍ਹਾਂ ਸਾਨੂੰ ਚੇਤੇ ਰੱਖਿਆ ਜਾਏਗਾ ਕਿਵੇਂ ਨਵਾਜਿਆ ਜਾਏਗਾ ਸਰਕਾਰ ਜਿਦੀ ਮਰਜ਼ੀ ਆ ਟਕਸਾਲੀਆਂ ਦੀ ਬੱਲੇ ਬੱਲੇ ਕਿੱਦਾਂ ਹੋਈ ਇਹਦੇ ਵੱਲ ਵੀ ਥੋੜਾ ਸੋਚਣ ਦੀ ਜ਼ਰੂਰਤ ਹੈ ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ ਲੋਕ ਰਾਣ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਇਜਾਜ਼ਤ ਦਿਓ ਧੰਨਵਾਦ